ਨਿਰਭਰ ਨਜਾਤ ਔਰ ਪਾਤ ਨਿਹਜੈ ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਣੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਵਿਦੇਹੇ ਸਾਕੀਆ ਸਾਗਰੇ ਸਬਜ ਗੂ ਕੇ ਮਾਰਾ ਬਰਾਕਾਸਤ ਜੰਗ ਅੰਦਰੂ ਲਬਾ ਲਬ ਬਕੁਨ ਦਮ ਬਦਮ ਨੋਸ਼ ਕੁਨ ਗਮੇ ਹਰ ਦੁਆਲਮ ਫਰਾਮੋਸ਼ ਕੁਨ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਦਰਬਾਰ ਦੇ ਅੰਦਰ ਸਭ ਗੁਰਮੁਖ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਤੱਕਦਿਆਂ ਮੇਰੇ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ, ਮੇਰੇ ਸਤਿਗੁਰੂ ਕਿਰਪਾ ਕਰਨ ਕਿ ਮੇਰੇ ਗੁਰੂ ਦੀ ਪਾਵਨ ਹਜ਼ੂਰੀ ਦੇ ਵਿੱਚ ਬਹਿ ਕੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਫਰਮਾਨ ਦੇ ਨਾਲ ਆਪ ਸੰਗਤਾਂ ਦੀ ਸਾਂਝ ਕਰ ਸਕਾਂ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਆਪ ਸਾਧ ਸੰਗਤ ਕਿਰਪਾ ਕਰੋ, ਅਸੀਸ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਰੂ ਪਿਆਰੇ ਗੁਰਸਿੱਖ ਕਿਤੇ ਵੀ ਇਕੱਤਰਤ ਹੋਣ ਅਤੇ ਫਤਿਹ ਜ਼ਰੂਰ ਬੁਲਾਉਣ ਅਤੇ ਫਤਿਹ ਵੀ ਗੱਜ ਕੇ ਬੁਲਾਈ ਜਾਵੇ, ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਸਾਨੂੰ ਫਤਿਹ ਦੇ ਰੂਪ ਦੇ ਵਿੱਚ ਨਾਰਾ ਦਿੱਤਾ ਹੈ। ਭਾਵੇਂ ਕਿ ਸਟੇਜ ਤੋਂ ਕਿੰਨੇ ਵੀ ਗੁਰਮੁਖ ਪਿਆਰੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਦੇ ਨੇ, ਸਟੇਜ ਸਕੱਤਰ ਸਾਹਿਬਾਨ ਫਤਿਹ ਬੁਲਾ ਕੇ ਸ਼ੁਰੂ ਕਰਦੇ ਨੇ, ਸਮਾਪਤੀ 'ਤੇ ਫਤਿਹ ਬੁਲਾਉਂਦੇ ਨੇ, ਕਦੇ ਵੀ ਮਨ ਦੇ ਅੰਦਰ ਇਹ ਭਾਵ ਨਹੀਂ ਆਉਣਾ ਚਾਹੀਦਾ ਜੀ 10-15 ਵਾਰ ਫਤਿਹ ਬੁਲਾ ਦਿੱਤੀ ਹੈ ਅਤੇ ਹੁਣ ਨਾ ਵੀ ਬੁਲਾਈ 'ਤੇ ਕੰਮ ਚੱਲ ਜਾਣਾ ਹੈ। ਫਤਿਹ ਜਿਹੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਾਮ ਬਾਣੀ ਦਾ ਸਿਮਰਨ ਹੈ ਅਤੇ ਫਤਿਹ ਬੁਲਾਉਣ ਦੇ ਨਾਲ ਵੀ ਵਾਹਿਗੁਰੂ ਸਿਮਰਨ ਹੋ ਜਾਂਦਾ ਹੈ। ਸੋ ਜਿੰਨੇ ਵੀ ਸਰੀਰ ਗੁਰੂ ਕੀ ਹਜ਼ੂਰੀ ਅੰਦਰ ਬੈਠਦੇ ਹੋ, ਜਦੋਂ ਵੀ ਕੋਈ ਗੁਰਮੁਖ ਮਾਈ ਭਾਈ ਸਤਿਗੁਰ ਦੇ ਚਰਨਾਂ ਦੇ ਵਿੱਚ ਆ ਕਰਕੇ ਫਤਿਹ ਦੀ ਅਰਜ਼ ਕਰਦਾ ਹੈ,
ਤੇ ਜ਼ਰੂਰ ਚੜ੍ਹਦੀ ਕਲਾ ਦੇ ਨਾਲ ਜਵਾਬ ਦਿਆ ਕਰੋ ਭਾਈ। ਉਹਦਾ ਲਾਹਾ ਆਪ ਜੀ ਨੂੰ ਵੀ ਹੈ, ਇਹ ਨਹੀਂ ਕਿ ਸਟੇਜ 'ਤੇ ਬਹਿਣ ਵਾਲਾ ਫਤਿਹ ਬੁਲਾਉਂਦਾ ਹੈ ਅਤੇ ਸ਼ਾਇਦ ਉਹਦੇ ਵਾਸਤੇ ਕੋਈ ਖਾਸ ਹਦਾਇਤ ਹੈ। ਸੋ ਸੰਗਤ ਦੀ ਅਤੇ ਵਕਤੇ ਦੀ ਫਤਿਹ ਦੀ ਸਾਂਝ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਇੱਕ ਨਾਮ ਸਿਮਰਨ ਦੇ ਰੂਪ ਦੇ ਵਿੱਚ ਉਹ ਪ੍ਰਵਾਨ ਹੁੰਦੀ ਹੈ। ਗੁਰੂ ਪਿਆਰੀ ਸਾਧ ਸੰਗਤ, ਪ੍ਰਬੰਧ ਵੱਲੋਂ ਹੁਕਮ ਹੋਇਆ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ, ਜਿਨ੍ਹਾਂ ਨੇ ਖਾਲਸੇ ਨੂੰ ਮੁਕੰਮਲ ਸਰੂਪ ਬਖਸ਼ਿਸ਼ ਕੀਤਾ, ਬਾਣੀ ਬਾਣੇ ਦੇ ਧਾਰਨੀ ਹੋ ਕਰਕੇ ਸੰਤ ਤੋਂ ਸਿਪਾਹੀ ਦੇ ਰੁਤਬੇ ਤੱਕ ਸਤਿਗੁਰ ਨੇ ਬਖਸ਼ਿਸ਼ਾਂ ਕੀਤੀਆਂ, ਅਤੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਦਸਮ ਗ੍ਰੰਥ ਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਬਾਣੀਆਂ ਜਿਹੜੀਆਂ ਜੁਝਾਰੂ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਗੁਰੂ ਕੇ ਖਾਲਸੇ ਨੂੰ ਤਾਕਤ ਬਲ ਸਮਰੱਥਾ ਬਖਸ਼ਦੀਆਂ ਨੇ ਜੰਗਾਂ ਦੇ ਵਿੱਚ ਜੂਝਣ ਦੀ, ਉਹਨਾਂ ਦੇ ਸੰਬੰਧ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝ ਕਰ ਸਕਾਂ। ਅਤੇ ਇਸ ਦੇ ਨਾਲ ਹੀ ਅੱਜ ਦੇ ਦਿਹਾੜੇ 'ਤੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਜਿਹੜੇ ਗੁਰੂ ਦੇ ਬਚਨਾਂ 'ਤੇ ਪਹਿਰਾ ਦਿੰਦਿਆਂ ਆਪਣਾ ਆਪ ਕੁਰਬਾਨ ਕਰ ਗਏ, ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਪਿਰਤਾਂ ਪਾਈਆਂ ਸਨ ਉਹਨਾਂ ਦੇ ਉੱਪਰ ਆਪਣੇ ਸਵਾਸਾਂ ਦੇ ਰਹਿੰਦਿਆਂ ਪਹਿਰਾ ਦੇ ਕਰਕੇ ਇਹ ਸਾਬਤ ਕਰ ਦਿੱਤਾ ਕਿ ਮੇਰੇ ਸਤਿਗੁਰ ਜੀ ਦੀ ਕਲਾ ਅੱਜ ਵੀ ਵਰਤਦੀ ਹੈ, ਮੇਰਾ ਸਤਿਗੁਰੂ ਅੱਜ ਵੀ ਹਾਜ਼ਰ ਨਾਜ਼ਰ ਹਜ਼ੂਰ ਉਹ ਆਪਣੇ ਗੁਰਸਿੱਖਾਂ ਦੇ ਵਿੱਚ ਵਰਤ ਕੇ ਨਿਡਰ ਨਿਰਭਾਉ ਅਤੇ ਚੜ੍ਹਦੀ ਕਲਾ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਗੁਰੂ ਕੇ ਸਿੱਖਾਂ ਪਾਸੋਂ ਸੇਵਾ ਲੈਂਦਾ ਹੈ। ਭਾਈ ਹਰਮਿੰਦਰ ਸਿੰਘ ਜੀ ਮਿੰਟੂ, ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਦੇ ਇਹ ਪ੍ਰੋਗਰਾਮ ਇਹ ਸਮਾਗਮ ਰੱਖੇ ਗਏ ਨੇ, ਸੁਦਾਸ ਉਸ ਸ਼ੂਰਵੀਰ ਯੋਧੇ ਨੂੰ ਵੀ ਪ੍ਰਣਾਮ ਕਰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਸਿਧਾਂਤ 'ਤੇ ਪਹਿਰਾ ਦਿੰਦਿਆਂ ਆਪਣਾ ਆਪ 'ਤੇ ਵਾਰ ਦਿੱਤਾ, ਪਰ ਜ਼ਾਲਮ ਸਰਕਾਰਾਂ ਦੇ ਅਤੇ ਜ਼ੁਲਮ ਦੇ ਅੱਗੇ ਗੋਡੇ ਟੇਕ ਕੇ ਈਨ ਨਹੀਂ ਮੰਨੀ। ਸੋ ਸਮਾਂ ਗੁਰਮੁਖ ਪਿਆਰਿਓ ਮੇਰੇ ਕੋਲ ਇੰਨਾ ਜ਼ਿਆਦਾ ਨਹੀਂ ਕਿ ਮੈਂ ਪੂਰੇ ਵਿਸਥਾਰ ਦੇ ਨਾਲ ਆਪ ਸੰਗਤਾਂ ਦੇ ਨਾਲ ਸਾਂਝ ਕਰ ਸਕਾਂ, ਪਰ ਮੈਂ ਯਤਨ ਕਰਾਂਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਨੇ ਕਿਰਪਾ ਕੀਤੀ, ਸ਼ਸਤਰ ਨਾਮ ਮਾਲਾ, ਬਾਣੀ ਦੇ ਰੂਪ ਦੇ ਵਿੱਚ ਸ਼ਸਤਰਾਂ ਦੀ ਮਹਾਨਤਾ, ਸ਼ਸਤਰਾਂ ਦੇ ਬਾਰੇ ਗਿਆਨ ਅਤੇ ਖਾਲਸੇ ਨੂੰ ਸ਼ਸਤਰਾਂ ਦੇ ਕਿਵੇਂ ਪੂਜਾ ਕਰਨੀ ਹੈ, ਕਿਵੇਂ ਸਤਿਕਾਰ ਕਰਨਾ ਹੈ ਅਤੇ ਸ਼ਸਤਰ ਖਾਲਸੇ ਦੇ ਵਾਸਤੇ ਕੀ ਮਹਾਨਤਾ ਰੱਖਦੇ ਨੇ ਉਹਦੇ ਬਾਰੇ ਬਿਲਕੁਲ ਸੂਖਮ ਰੂਪ ਦੇ ਵਿੱਚ ਕੁਝ ਇੱਕ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਾਂ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਾਉਤੀ ਜੀ ਸਹਾਏ, ਅਥ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣ ਲਿਖਿਅਤੇ, ਪਾਤਸ਼ਾਹੀ ਦਸਵੀ ਦੋਹਰਾ, ਸਾਂਗ ਸਰੋਹੀ ਸੈਫ ਅਸ, ਤੀਰ ਤੁਪਕ ਤਰਵਾਰ, ਸਤਰਾਂਤਕ ਕਵਚਾਂਤ ਕਰ, ਕਰੀਐ ਰਕਸ਼ ਹਮਾਰ, ਅਸ ਕਿਰਪਾਨ ਧਾਰਾ ਧਰੀ, ਸੈਫ ਸੂਲ ਜਮਦਾੜ, ਸਤਰਾਂ ਤੱਕ ਕਵਚਾਂਤ ਕਰ, ਤੀਗ ਵਾਹਿਗੁਰੂ ਤੀਰ ਤੇਗ ਧਰਬਾੜ,
ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਤੀਰ ਤੁਹੀ ਸਹਿਤੀ ਤੁਹੀ ਤੀਰ ਤੁਹੀ ਸਹਿਤੀ ਤੁਹੀ ਤੁਹੀ ਤੇਗ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਔਰ ਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ। ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸ਼ਸਤਰ ਨਾਮ ਮਾਲਾ ਇਸ ਬਾਣੀ ਦੇ ਰੂਪ ਦੇ ਵਿੱਚ ਦੋਹਰਿਆਂ ਦੇ ਰੂਪ ਦੇ ਵਿੱਚ ਸਤਿਗੁਰ ਨੇ ਕਿਰਪਾ ਕਰਕੇ ਬਚਨ ਦਰਜ ਕੀਤੇ ਨੇ। 27 ਦੇ ਕਰੀਬ ਦੋਹਰੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਅੰਦਰ ਦਰਜ ਕੀਤੇ ਨੇ, ਪਰ ਆਪਣੇ ਕੋਲ ਸਮਾਂ ਇੰਨਾ ਨਹੀਂ ਕਿ ਪੂਰਨ ਬਾਣੀ ਦੀ ਵਿਚਾਰ ਕਰੀਏ। ਸੋ ਪਹਿਲੇ ਦੋਹਰੇ ਦੇ ਵਿੱਚੋਂ ਕੁਝ ਕੁ ਪੰਕਤੀਆਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ, ਅਤੇ ਮੈਂ ਯਤਨ ਕਰਾਂਗਾ ਕਿ ਸਰਲ ਅਤੇ ਸਾਦੇ ਰੂਪ ਦੇ ਵਿੱਚ ਮੇਰੇ ਸਤਿਗੁਰ ਕੀ ਕਹਿ ਰਹੇ ਨੇ ਆਪ ਸੰਗਤ ਦੇ ਨਾਲ ਸਾਂਝ ਕਰ ਸਕਾਂ। ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਕਈ ਵਾਰ ਸੰਗਤ ਦੇ ਮਨਾਂ ਦੇ ਅੰਦਰ ਇਹ ਭੁਲੇਖਾ ਪਾ ਦਿੱਤਾ ਜਾਂਦਾ ਹੈ ਕਿ ਭਾਈ ਇਹ ਬਾਣੀ ਗੁਰੂ ਕਲਗੀਧਰ ਪਿਤਾ ਜੀ ਦੀ ਨਹੀਂ, ਦੂਸਰੇ ਮਤਾਂ ਦੇ ਵਿੱਚੋਂ ਦੂਸਰੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਲਿਆ ਕਰਕੇ ਅਤੇ ਸਾਡੇ ਮੱਥੇ ਮੜ ਦਿੱਤੀ ਗਈ ਹੈ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਉਹ ਇੱਕ ਓਅੰਕਾਰ ਨਿਰੰਕਾਰ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਅਤੇ ਸਤਿਗੁਰੂ ਜੀ ਜ਼ਿਕਰ ਕਰ ਰਹੇ ਨੇ ਕਿ ਸਭ ਕੁਛ ਦਿੱਤਾ ਹੋਇਆ ਤੇਰਾ ਹੈ, ਅਤੇ ਜਿਹੜੀ ਜੰਗ ਦੇ ਮੈਦਾਨ ਦੇ ਅੰਦਰ ਫਤਿਹ ਬਖਸ਼ਦਾ ਹੈ, ਕਾਰਜਾਂ ਦੇ ਅੰਦਰ ਬਲ ਬਖਸ਼ ਕੇ ਚੜ੍ਹਦੀ ਕਲਾ ਦੇ ਨਾਲ ਆਪਣੇ ਸੇਵਕਾਂ ਨੂੰ ਮਾਣ ਬਖਸ਼ਦਾ ਹੈ, ਉਹ ਵੀ ਤੇਰੇ ਕਰਕੇ ਹੈ, ਸਾਡਾ ਇਹਦੇ ਵਿੱਚ ਕੁਝ ਨਹੀਂ। ਉਸ ਵਾਹਿਗੁਰੂ ਨੂੰ ਨਿਰੰਕਾਰ ਨੂੰ ਸੰਬੋਧਨ ਹੋ ਕੇ ਕੀਤਾ, ਕਿਉਂਕਿ ਸਨਾਤਨ ਮਤਾਂ ਦੇ ਗ੍ਰੰਥ ਜਦੋਂ ਸੰਗਤ ਜੀ ਪੜ੍ਹਦੇ ਹਾਂ ਉਹਨਾਂ ਦੀ ਸ਼ੁਰੂਆਤ ਮੰਗਲਾਚਰਨ ਜਿੱਥੋਂ ਕੀਤਾ ਜਾਂਦਾ ਹੈ, ਉਹ ਦੇਵੀ ਦੇਵਤਿਆਂ ਨੂੰ ਧਿਆ ਕਰਕੇ ਅਤੇ ਬਹੁਤਾਤ ਦੇ ਅੰਦਰ ਸ਼੍ਰੀ ਗਣੇਸ਼ ਕਰਨਾ। ਸੰਗਤਾਂ ਟੈਲੀਵਿਜ਼ਨਾਂ ਦੇ ਪ੍ਰੋਗਰਾਮ ਦੇਖਦੀਆਂ ਨੇ, ਸੋ ਆਪ ਇਹ ਵਚਨ ਆਮ ਹੀ ਸੁਣਦੇ ਹੋਵੋਗੇ, ਅਤੇ ਕਈ ਵਾਰ ਭੁੱਲ ਭੁਲੇਖੇ ਅਸੀਂ ਵੀ ਕਹਿ ਦਿੰਦੇ ਹਾਂ ਜੀ ਚਲੋ ਕੰਮ ਦਾ ਸ਼੍ਰੀ ਗਣੇਸ਼ ਕਰ ਲਈਏ, ਕਿਉਂਕਿ ਇਹ ਸਨਾਤਨ ਮਤਾਂ ਅਨੁਸਾਰ ਗਣੇਸ਼ ਦੀ ਪੂਜਾ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ ਅਤੇ ਹਰ ਕਾਰਜ ਦੀ ਸ਼ੁਰੂਆਤ ਵੇਲੇ ਉਹ ਗਣੇਸ਼ ਦਾ ਨਾਮ ਜਪਦੇ ਨੇ, ਪਰ ਸਾਡਾ ਇਹ ਸਿਧਾਂਤ ਨਹੀਂ। ਸੋ ਮੈਂ ਬਿਰਤੀ ਤੁਹਾਡੀ ਲੈ ਕੇ ਜਾਣਾ ਚਾਹੁੰਦਾ ਕਿ ਜੇਕਰ ਇਹ ਬਾਣੀਆਂ ਕਿਸੇ ਦੂਸਰੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਹੋਣ ਜਾਂ ਕਿਸੇ ਦੇਵੀ ਦੇਵਤੇ ਦੀ ਪੂਜਾ ਦੇ ਸੰਬੰਧ ਦੇ ਵਿੱਚ ਹੋਣ ਤਾਂ ਮੇਰੇ ਸਤਿਗੁਰੂ ਫਿਰ ਉਸ ਨਿਰੰਕਾਰ ਦਾ ਨਾਂ ਲੈ ਕੇ ਸ਼ੁਰੂਆਤ ਨਾ ਕਰਦੇ, ਕਿਸੇ ਦੇਵੀ ਦੇਵਤੇ ਨੂੰ ਸੰਬੋਧਨ ਹੋ ਕਰਕੇ ਉਹਦਾ ਮੰਗਲਾਚਰਨ ਦਿੰਦੇ। ਸ੍ਰੀ ਭਗਵਤੀ ਜੀ ਸਹਾਏ। ਸੋ ਇੱਥੇ ਇਸ ਪੰਗਤੀ ਦੇ ਅੰਦਰ ਵੀ ਬਹੁਤ ਵੱਡਾ ਭੁਲੇਖਾ ਸੰਗਤਾਂ ਦੇ ਮਨਾਂ 'ਚ ਪਾਇਆ ਜਾਂਦਾ ਹੈ ਕਿ ਜੀ ਭਗਵਤੀ ਦੇ ਨਾਮ ਦੇਵੀ ਦਾ, ਇੱਥੇ ਦੇਵੀ ਦੀ ਗੱਲ ਹੋ ਰਹੀ ਹੈ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਭਗਵਤੀ ਨਾਮ ਹੈ ਸ਼ਕਤੀ ਦਾ, ਬਲ ਦਾ, ਤਾਕਤ ਦਾ, ਪਾਵਰ ਦਾ, ਜਿਹੜੀ ਉਸ ਨਿਰੰਕਾਰ ਉਸ ਵਾਹਿਗੁਰੂ ਨੇ ਆਪ ਪੈਦਾ ਕੀਤੀ ਹੈ ਅਤੇ ਜਿਸ ਪਾਵਰ ਦੇ ਵਿੱਚੋਂ ਇਹ ਕੁੱਲ ਪਾਸਾਰਾ ਪਸਰਿਆ ਹੋਇਆ। ਭਗਵਤੀ ਨਾਮ ਹੈ ਸ਼ਕਤੀ ਦਾ,
ਤਾਕਤ ਦਾ, ਤੇ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਤੇ ਖਾਲਸਾ ਪੰਥ ਦੇ ਅੰਦਰ ਭਗੌਤੀ ਦੇ ਅਰਥ ਤਲਵਾਰ ਨੂੰ ਵੀ ਕਿਹਾ ਜਾਂਦਾ ਹੈ, ਸ੍ਰੀ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਤਲਵਾਰ ਸੰਗਤ ਜੀ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ, ਕਿੰਨੇ ਵੀ ਤਕੜੇ ਲੋਹੇ ਦੀ ਕਿਉਂ ਨਾ ਹੋਵੇ, ਜੇਕਰ ਜ਼ਮੀਨ ਤੇ ਪਈ ਹੈ ਤੇ ਉਹਦਾ ਸਾਨੂੰ ਨਾ ਕੋਈ ਲਾਭ ਹੈ ਤੇ ਨਾ ਕੋਈ ਹਾਨੀ ਹੈ। ਪਰ ਕਿਸੇ ਜ਼ਾਲਮ ਦੇ ਹੱਥੋਂ ਤਲਵਾਰ ਆ ਜਾਵੇ ਤੇ ਉਸ ਤਲਵਾਰ ਦੇ ਨਾਲ ਉਹ ਆਤੰਕ ਮਚਾ ਸਕਦਾ ਹੈ, ਮਜ਼ਲੂਮਾਂ ਨੂੰ ਕੱਢ ਵੱਢ ਕਰ ਸਕਦਾ ਹੈ। ਤੇ ਉਹੀ ਤਲਵਾਰ ਕਿਸੇ ਸਾਧੂ ਦੇ ਹੱਥ ਆ ਜਾਵੇ, ਕਿਸੇ ਸੰਤ ਸਿਪਾਹੀ ਦੇ ਹੱਥ ਆ ਜਾਵੇ ਤੇ ਉਹ ਜ਼ਾਲਮਾਂ ਦਾ ਦਬੇੜਾ ਕਰਕੇ ਜ਼ੁਲਮ ਤੇ ਜ਼ਾਲਮ ਦਾ ਨਾਸ਼ ਕਰ ਸਕਦਾ ਹੈ। ਭਾਵ ਸ਼ਕਤੀ ਮਾੜੀ ਨਹੀਂ, ਸ਼ਕਤੀ ਦੀ ਵਰਤੋਂ ਕਰਨ ਵਾਲਾ ਤੇ ਸ਼ਕਤੀ ਨੂੰ ਕਿਸ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਉਹਦੇ ਉੱਪਰ ਅਸੀਂ ਨਜ਼ਰ ਮਾਰਨੀ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸ੍ਰੀ ਭਗੌਤੀ ਜੀ ਸਹਾਏ ਉਸ ਤਾਕਤ ਉਸ ਬਲ ਨੂੰ ਨਮਸਕਾਰ ਕਰ ਰਹੇ ਨੇ। ਤੇ ਸੰਗਤ ਜੀ ਇੱਥੇ ਇੱਕ ਫਲਸਫਾ ਜ਼ਰੂਰ ਸਮਝਣ ਵਾਲਾ ਹੈ ਕਿ ਅੱਜ ਦਾ ਸਮਾਂ ਜਿਹੜਾ ਬਣ ਗਿਆ ਹੈ ਸ਼ਕਤੀ ਨੂੰ, ਪਰਮਾਤਮਾ ਦੀ ਕੁਦਰਤ ਨੂੰ, ਪਰਮਾਤਮਾ ਦੇ ਬਲ ਨੂੰ ਮੁੱਢ ਤੋਂ ਨਕਾਰਿਆ ਜਾ ਰਿਹਾ ਹੈ ਤੇ ਮਨੁੱਖ ਦੀ ਆਤਮ ਬੁੱਧੀ ਨੂੰ, ਮਨੁੱਖ ਦੇ ਗਿਆਨ ਨੂੰ ਤੇ ਸਾਇੰਸ ਨੂੰ ਉੱਤਮ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਆਪ ਦੇ ਨਾਲ ਸਾਂਝ ਕਰਾਂ, ਪਾਵਰ ਸ਼ਕਤੀ ਤਾਕਤ ਸੰਗਤ ਦੇ ਵਿੱਚ ਬਹਿ ਕੇ ਆਪਾਂ ਸੰਗਤ ਕਰ ਰਹੇ ਹਾਂ, ਆਪ ਦੇ ਨਾਲ ਵਿਚਾਰਾਂ ਦੀ ਸਾਂਝ ਕਰਾਂ, ਮਾਈਕ ਮੇਰੇ ਅੱਗੇ ਲੱਗੇ ਹੋਏ ਨੇ ਤੇ ਸਪੀਕਰ ਇਸ ਹਾਲ ਦੇ ਵਿੱਚ ਲੱਗੇ ਹੋਏ ਨੇ। ਜਦੋਂ ਸ਼ਬਦਾਂ ਦੀ ਸਾਂਝ ਕਰਦੇ ਹਾਂ ਤੇ ਇਸ ਮਾਈਕ ਦੇ ਵਿੱਚ ਦੀ, ਇਹਨਾਂ ਤਾਰਾਂ ਦੇ ਵਿੱਚ ਦੀ ਆਵਾਜ਼ ਹੋ ਕੇ ਸਪੀਕਰਾਂ ਤੱਕ ਪਹੁੰਚਦੀ ਹੈ ਜਿਹੜੀ ਤੁਸੀਂ ਸਰਵਣ ਕਰ ਰਹੇ ਹੋ, ਤੇ ਇਸ ਦਾ ਪਲੱਗ ਬਿਜਲੀ ਦੇ ਵਿੱਚ ਪਿੱਛੇ ਇੱਕ ਲੱਗਾ ਹੋਇਆ, ਜਿਸ ਬਿਜਲੀ ਦੀ ਤਾਕਤ ਦੇ ਨਾਲ ਇਹ ਸਾਰਾ ਸਿਸਟਮ ਚੱਲ ਰਿਹਾ ਹੈ। ਤੇ ਜੇਕਰ ਮੈਂ ਗੱਲ ਕਰਾਂ ਕਿ ਜੀ ਉਹ ਪਲੱਗ ਬੰਦ ਕਰ ਦਿੱਤਾ ਜਾਵੇ, ਉਹ ਪਾਵਰ ਬੱਤੀ ਬੰਦ ਕਰ ਦਈਏ ਤੇ ਜਿੰਨੇ ਮਰਜ਼ੀ ਦੋ ਦੇ ਵਿੱਚ ਚਾਰ ਮਾਈਕ ਅੱਗੇ ਰੱਖ ਦਿਓ, ਸਪੀਕਰ ਦੋ ਦੇ ਵਿੱਚ ਚਾਰ ਹੋਰ ਵਧਾ ਦਿੱਤੇ ਜਾਣ, ਉਹ ਤੁਹਾਡੇ ਤੱਕ ਗੱਲ ਨਹੀਂ ਪਹੁੰਚੇਗੀ। ਗੱਲ ਕਦੋਂ ਪਹੁੰਚੇਗੀ? ਜਦੋਂ ਇਸ ਦੇ ਅੰਦਰ ਵਰਤ ਰਹੀ ਤਾਕਤ ਜਿਹੜੀ ਪਾਵਰ ਹੈ ਉਹ ਇਸਦਾ ਸਾਥ ਦਿੰਦੀ ਹੈ ਤੇ ਮੇਰਾ ਤੇ ਤੁਹਾਡਾ ਰਾਬਤਾ ਬਣਿਆ। ਇਸੇ ਤਰ੍ਹਾਂ ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਤਾਕਤ ਦਿੱਤੀ ਹੈ, ਸਾਨੂੰ ਬਲ ਦਿੱਤਾ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਤਦੇ ਹੀ ਸਾਂਝ ਕਰ ਸਕਦੇ ਹਾਂ। ਪੱਖਾਂ ਨੂੰ ਤਾਕਤ ਦਿੱਤੀ ਹੈ ਦੇਖਣ ਵਾਸਤੇ ਤੇ ਤਦੇ ਹੀ ਸਾਰਾ ਪਾਸਾਰਾ ਨਜ਼ਰ ਆਉਂਦਾ ਹੈ। ਜੇ ਤਾਕਤ ਜਾਂ ਬਲ ਪਾਵਰ ਨਾ ਹੋਵੇ ਤੇ ਇਕੱਲੀਆਂ ਅੱਖਾਂ ਦੀਆਂ ਪੁਤਲੀਆਂ ਕੀ ਸੰਸਾਰ ਦੇਖ ਸਕਦੀਆਂ ਨੇ? ਬਥੇਰੇ ਐਸੇ ਮਨੁੱਖ ਮਿਲ ਜਾਣਗੇ ਜਿਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ, ਤੇ ਜੇਕਰ ਸਰੀਰਾਂ ਦੀ ਅੰਗ ਕਰੀਏ ਭਾਈ, ਅੱਖਾਂ ਦੀਆਂ ਪੁਤਲੀਆਂ ਤੇ ਉਹਨਾਂ ਨੂੰ ਵੀ ਲੱਗੀਆਂ ਨੇ। ਸਰੀਰ ਦੇ ਅੰਗ ਸਾਡੇ ਵਾਂਗ ਪੂਰੇ ਨੇ, ਤੇ ਡਾਕਟਰਾਂ ਨੂੰ ਪਤਾ ਕਰ ਲਓ, ਸਾਇੰਸ ਨੂੰ ਪਤਾ ਕਰ ਲਓ, ਕਹਿੰਦੇ ਜੀ ਬਿਮਾਰੀ ਕੋਈ ਨਹੀਂ, ਪੂਰਾ ਸਵਸਥ ਹੈ, ਪਰ ਮੁੱਢ ਤੋਂ ਹੀ ਪਹਿਲਾਂ ਤੋਂ ਹੀ ਨਿਗਾਹ ਹੈ ਹੀ ਨਹੀਂ। ਤੇ ਫਿਰ ਇਹਦਾ ਕੀ ਅਰਥ ਲਵਾਂਗੇ ਕਿ ਭਾਈ ਸਭ ਕੁਝ ਮੌਜੂਦ ਹੈ ਪਰ ਉਹ ਤਾਕਤ, ਉਹ ਸ਼ਕਤੀ, ਉਹ ਬਲ ਮੌਜੂਦ ਨਹੀਂ ਜਿਹਦੇ ਬਲ ਦੇ ਕਾਰਨ ਇਹ ਸਾਰਾ ਕੁਝ ਚੱਲਣਾ। ਤੇ ਇੱਥੇ ਨਾਲ ਹੀ ਆਪ ਸੰਗਤਾਂ ਨੂੰ ਦੱਸਦਾ ਜਾਵਾਂ, ਸਨਾਤਨ ਮਤ ਦੇ ਇੱਕ ਬਹੁਤ ਵੱਡੇ ਗੁਰੂ ਹੋਏ ਨੇ ਗੁਰੂ ਸ਼ੰਕਰਾਚਾਰੀਆ, ਜਿਹੜੇ ਕਿ ਤਾਕਤ ਦੇ ਸ਼ਕਤੀ ਦੇ ਬਿਲਕੁਲ ਖਿਲਾਫ ਸਨ ਪਹਿਲਾਂ, ਤੇ ਪ੍ਰਚਾਰ ਵੀ ਇਹੀ ਕਰਦੇ ਸਨ ਕਿ ਤਾਕਤ ਕੋਈ ਹੁੰਦੀ ਨਹੀਂ, ਸ਼ਕਤੀ ਕੋਈ ਹੁੰਦੀ ਨਹੀਂ, ਬਲ ਕੋਈ ਹੁੰਦਾ ਨਹੀਂ। ਜਿਹੋ ਜਿਹਾ ਅੱਜ ਦੇ ਮੇਰੇ ਵਰਗੇ ਬਹੁਤੇ ਜ਼ਿਆਦਾ ਸੂਝਵਾਨ ਪ੍ਰਚਾਰ ਕਰ ਰਹੇ ਨੇ, ਭਾਈ ਜੋ ਕੁਛ ਹੈ ਉਹ ਅਸੀਂ ਹਾਂ ਜਾਂ ਜੋ ਕੁਝ ਮਨੁੱਖ ਨੇ ਬਣਾਇਆ ਉਹੀ ਹੈ, ਕੋਈ ਤਾਕਤ ਹੈ ਹੀ ਨਹੀਂ, ਕੋਈ ਸ਼ਕਤੀ ਹੈ ਹੀ ਨਹੀਂ, ਕੋਈ ਪਰਮਾਤਮਾ ਹੈ ਹੀ ਨਹੀਂ, ਕੇਵਲ ਕੁਦਰਤ ਦਾ ਪਾਸਾਰਾ ਜੋ ਸਾਨੂੰ ਨਜ਼ਰ ਆਉਂਦਾ ਹੈ ਉਹੀ ਸੱਚ ਹੈ। ਤੇ ਉਹ ਪ੍ਰਚਾਰ ਕਰਦਿਆਂ ਕਰਦਿਆਂ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਨੇ ਸ਼ਕਤੀ ਦਾ ਖੰਡਨ ਕਰਨ ਵਾਸਤੇ।
ਕਿ ਸ਼ਕਤੀ ਕੋਈ ਬਲ ਕੋਈ ਤਾਕਤ ਨਹੀਂ ਹੁੰਦਾ, ਜੋ ਕੁਛ ਹੈ ਜੋ ਸਾਨੂੰ ਨਜ਼ਰੀ ਪੈਂਦਾ ਉਹੀ ਸੱਚ ਹੈ, ਕੋਈ ਐਸੀ ਤਾਕਤ ਸ਼ਕਤੀ ਨਹੀਂ ਹੁੰਦੀ। ਤੇ ਸਮਾਂ ਬਣਿਆ ਜਦੋਂ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਨੇ ਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਕੋਈ ਰੱਬ ਦੀ ਕੁਦਰਤ ਸਰੀਰ ਢਿੱਲਾ ਮੱਠਾ ਹੋ ਗਿਆ, ਮੰਜੇ ਤੇ ਪੈ ਗਏ ਨੇ ਤੇ ਇੱਕ 4 ਸਾਲ ਦੀ ਬੱਚੀ ਘੁੰਮਦੀ ਘੁਮਾਉਂਦੀ ਮੰਜੇ ਦੇ ਕੋਲ ਆਈ ਹੈ ਤੇ ਆਣ ਕੇ ਪੁੱਛਿਆ, ਜੋਗੀ ਜੀ ਕੌਣ ਹੋ? ਤੇ ਉਹਨਾਂ ਨੇ ਦੱਸਿਆ ਇਹ ਪੁੱਤਰ ਮੈਂ ਗੁਰੂ ਸ਼ੰਕਰਾਚਾਰਿਆ, ਇੱਥੇ ਕੀ ਕਰ ਰਹੇ ਹੋ? ਕਹਿੰਦੇ ਜੀ ਠੀਕ ਨਹੀਂ, ਇਸ ਕਰਕੇ ਲੰਮਾ ਪਿਆ। ਤੇ ਕੀ ਕਰਨ ਆਏ ਹੋ? ਕਹਿੰਦੇ ਜੀ ਮੈਂ ਤਾਕਤ ਦਾ ਸ਼ਕਤੀ ਦਾ ਖੰਡਨ ਕਰਨ ਵਾਸਤੇ ਆਇਆ। ਤਾਂ ਫਿਰ ਉਹ ਬੱਚੀ ਨੇ ਸਵਾਲ ਕੀਤਾ ਵੀ ਬਾਬਾ ਜੀ ਉੱਠੋ, ਫਿਰ ਉੱਠ ਕੇ ਤਾਕਤ ਸ਼ਕਤੀ ਦਾ ਖੰਡਨ ਕਰੋ। ਤੇ ਉਸ ਗੁਰੂ ਸ਼ੰਕਰਾਚਾਰੀਆ ਦੇ ਮੂੰਹ ਚੋਂ ਸਹਿਜ ਸੁਭਾਅ ਬਚਨ ਨਿਕਲ ਗਿਆ ਹੈ ਕਿ ਬੱਟੀ ਜੀ ਧੀਏ ਉੱਠ ਕੇ ਪ੍ਰਚਾਰ ਤੇ ਤਾਂ ਕਰਾਂ ਜੇ ਸਰੀਰ ਅੰਦਰ ਤਾਕਤ ਹੋਵੇ, ਮੇਰੇ ਕੋਲ ਤੇ ਉੱਠ ਕੇ ਬਹਿਣ ਦਾ ਬਲ ਨਹੀਂ, ਮੈਂ ਸ਼ਕਤੀ ਦਾ ਖੰਡਨ ਕਿਵੇਂ ਕਰਾਂਗਾ? ਤੇ ਉਸ ਬੱਚੀ ਨੇ ਉਸ ਨੁਕਤੇ ਦੇ ਰਾਹੀਂ ਸਮਝਾ ਦਿੱਤਾ ਹੈ ਕਿ ਆਪਣੇ ਸਰੀਰ ਨੂੰ ਸੰਭਾਲਣ ਵਾਸਤੇ ਉੱਠ ਕੇ ਬਹਿਣ ਵਾਸਤੇ ਵੀ ਤੈਨੂੰ ਤਾਕਤ ਚਾਹੀਦੀ ਹੈ, ਤੈਨੂੰ ਸ਼ਕਤੀ ਚਾਹੀਦੀ ਹੈ, ਤੇ ਤੂੰ ਖੰਡਨ ਕਰਨ ਆ ਗਿਆ ਤਾਕਤ ਦਾ ਸ਼ਕਤੀ ਦਾ। ਤੇ ਗੁਰੂ ਸ਼ੰਕਰਾਚਾਰੀਆ ਨੂੰ ਉਸੇ ਵੇਲੇ ਗੱਲ ਸਮਝ ਆ ਗਈ ਕਿ ਹਾਂ ਭਾਈ, ਅੱਜ ਤੱਕ ਜਿਹੜੀਆਂ ਗੱਲਾਂ ਮੈਂ ਕਰਦਾ ਰਿਹਾ ਉਹ ਮੇਰਾ ਭਰਮ ਸੀ, ਮੇਰਾ ਭੁਲੇਖਾ ਸੀ, ਉਸ ਤਾਕਤ ਤੋਂ ਉਸ ਸ਼ਕਤੀ ਤੋਂ ਉਸ ਬਲ ਤੋਂ ਬਗੈਰ ਕੁਝ ਵੀ ਚੱਲ ਫਿਰ ਨਹੀਂ ਸਕਦਾ। ਜੇ ਮੇਰੇ ਸਰੀਰ ਦੇ ਅੰਦਰ ਹੀ ਤਾਕਤ ਨਹੀਂ ਤੇ ਮੈਂ ਉਸ ਸ਼ਕਤੀ ਉਸ ਤਾਕਤ ਦਾ ਕਿਵੇਂ ਖੰਡਨ ਕਰਾਂਗਾ? ਉਸ ਤੋਂ ਬਾਅਦ ਉਹਨਾਂ ਨੇ ਅਦਵੈਤ ਦਾ ਪ੍ਰਚਾਰ ਸ਼ੁਰੂ ਕੀਤਾ। ਸੋ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਰਜੋ ਗੁਣ, ਸਤੋ ਗੁਣ ਤੇ ਤਮੋ ਗੁਣ, ਇਹਨਾਂ ਤਿੰਨਾਂ ਗੁਣਾਂ ਦਾ ਜ਼ਿਕਰ ਆ ਜਾਂਦਾ ਹੈ। ਤੇ ਸਤਿਗੁਰੂ ਜੀ ਕੀ ਕਹਿ ਰਹੇ ਨੇ? ਏਕਾ ਮਾਈ ਜੁਗਤ ਵਿਆਈ। ਉਹ ਏਕਾ ਮਾਈ ਕੀ ਹੈ? ਉਸ ਪਰਮਾਤਮਾ ਦੀ ਉਹ ਤਾਕਤ ਹੈ, ਉਹ ਬਲ ਹੈ, ਉਹ ਸ਼ਕਤੀ ਹੈ ਜਿਸਨੇ ਅੱਗੇ ਇਹਨਾਂ ਨੂੰ ਗਾਂ ਆਪਣਾ ਤਾਕਤ ਤੇ ਬਲ ਰੂਪ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਕਿਸੇ ਨੇ ਵੀ ਕੁਝ ਕਰਨਾ ਹੈ ਤੇ ਉਹਨੂੰ ਤਾਕਤ ਸ਼ਕਤੀ ਬਲ ਦੀ ਲੋੜ ਹੈ। ਆਪ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਏ ਹੋ, ਗੱਡੀਆਂ ਦੇ ਵਿੱਚ ਸਫ਼ਰ ਕੀਤਾ ਹੈ, ਕਾਰ ਕਿੰਨੀ ਮਰਜ਼ੀ ਮਹਿੰਗੀ ਲੈ ਲਈਏ, ਪੈਟਰੋਲ ਡੀਜ਼ਲ ਜਿੰਨਾ ਮਰਜ਼ੀ ਵਧੀਆ ਪਾ ਲਓ, ਪਰ ਜਿੰਨਾ ਦੇਰ ਉਹ ਤੇਲ ਬਲ ਕੇ ਇੱਕ ਊਰਜਾ ਪੈਦਾ ਨਹੀਂ ਕਰਦਾ, ਤਾਕਤ ਪੈਦਾ ਨਹੀਂ ਕਰਦਾ, ਗੱਡੀ ਚੱਲ ਨਹੀਂ ਸਕਦੀ। ਸਰੀਰ ਅੰਦਰ ਤਾਕਤ ਹੈ, ਬਲ ਹੈ, ਤਦੇ ਚੌਂਕੜੇ ਮਾਰ ਕੇ ਬਹਿ ਸਕਦੇ ਹਾਂ। ਸਰੀਰ ਅੰਦਰ ਬਲ ਨਾ ਹੋਵੇ ਤੇ ਆਪਣੀ ਕਾਇਆ ਸੰਭਾਲਣੀ ਵੀ ਔਖੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਕਿ ਉਸ ਪਰਮ ਸ਼ਕਤੀ ਉਸ ਤਾਕਤ ਉਸ ਬਲ ਨੂੰ ਨਕਾਰ ਦੇਣਾ ਤੇ ਉਹਦੇ ਤੋਂ ਮੁਨਕਰ ਹੋ ਕੇ ਇਹ ਗੱਲ ਕਹਿ ਦੇਣਾ ਕਿ ਪਰਮਾਤਮਾ ਨਾਂ ਦੀ ਤਾਕਤ ਸ਼ਕਤੀ ਬਲ ਕੁਝ ਵੀ ਨਹੀਂ, ਸਭ ਕੁਝ ਕੁਦਰਤ ਦਾ ਪਾਸਾਰਾ ਹੈ, ਉਹ ਸਾਡੇ ਮਨ ਦਾ ਸੰਗਤ ਜੀ ਭੁਲੇਖਾ ਹੋ ਸਕਦਾ ਹੈ, ਪਰ ਅਸਲ ਸੱਚ ਇਹ ਹੈ ਕਿ ਉਸ ਤਾਕਤ ਤੋਂ ਉਸ ਬਲ ਤੋਂ ਉਸ ਸ਼ਕਤੀ ਤੋਂ ਬਿਨਾਂ ਕੁਝ ਵੀ ਨਹੀਂ ਚੱਲ ਸਕਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਿਵ ਸਖਤ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਇਆ, ਹੁਕਮ ਵਰਤਾਇਆ ਆਪੇ ਵੇਖੇ ਗੁਰਮੁਖ ਕਿਸੇ ਬੁਝਾਇਆ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਇਆ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ
ਲਿਬ ਲਾਇਆ। ਤੋ ਉਸ ਪਰਮਾਤਮਾ ਨੇ ਆਪ ਪਹਿਲਾਂ ਇਸ ਤਾਕਤ ਨੂੰ, ਇਸ ਬਲ ਨੂੰ, ਇਸ ਸ਼ਕਤੀ ਨੂੰ ਪੈਦਾ ਕੀਤਾ ਹੈ ਤੇ ਫਿਰ ਉਹਦੇ ਹੁਕਮ ਦੇ, ਉਹਦੇ ਭਾਣੇ ਦੇ ਅੰਦਰ ਹੀ ਜਿਹੜਾ ਸਾਰਾ ਪਾਸਾਰਾ ਪਰਤਦਾ ਹੈ। ਆਪਣੀ ਵਿਚਾਰ ਨੂੰ ਅੱਗੇ ਤੋਰਾਂ, ਪ੍ਰਥਮ ਭਗਾਉਤੀ ਸਿਮਰਕੈ, ਉਸ ਭਗਾਉਤੀ ਨੂੰ ਸਿਮਰਕੈ, ਉਹਦਾ ਧਿਆਨ ਧਰ ਕੇ ਅਰਦਾਸ ਦੇ ਵਿੱਚ ਵੀ ਬਚਨ ਆਉਂਦੇ ਨੇ ਤੇ ਅਸੀਂ ਰੋਜ਼ਾਨਾ ਬਾਣੀ ਸਰਵਣ ਕਰਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਪ੍ਰਥਮੈ ਖੰਡਾ ਸਾਜ ਕੇ ਸਭ ਸੰਸਾਰ ਪਾਇਆ। ਉਹ ਖੰਡਾ ਕੀ ਹੈ ਜੀ? ਲੋਹੇ ਦਾ ਖੰਡਾ ਜਿਹੜਾ ਅਸੀਂ ਵੇਖਦੇ ਹਾਂ ਉਹਦੀ ਗੱਲ ਕੀਤੀ ਹੈ? ਨਹੀਂ। ਖੰਡਾ ਰੂਪ ਤਾਕਤ, ਖੰਡਾ ਰੂਪ ਸ਼ਕਤੀ, ਖੰਡਾ ਰੂਪ ਬਲ, ਉਸ ਪਰਮਾਤਮਾ ਦਾ ਦਿੱਤਾ ਹੋਇਆ ਬਲ, ਸਤਿਗੁਰੂ ਜੀ ਉਹਦੇ ਵੱਲ ਇਸ਼ਾਰਾ ਕਰ ਰਹੇ ਨੇ। ਉਸ ਤੋਂ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਖ ਸ੍ਰੀ ਸ਼ਸਤਰ ਨਾਮ ਵਾਲਾ ਪੁਰਾਣ ਲਿਖਤੇ। ਸ਼ਸਤਰ ਨਾਮ ਵਾਲਾ ਪੁਰਾਣ ਨਾਮ ਦਾ ਜੋ ਗ੍ਰੰਥ ਹੈ, ਜੋ ਬਾਣੀ ਹੈ, ਉਸਨੂੰ ਲਿਖਣ ਵਾਲੇ ਪਾਤਸ਼ਾਹੀ ਦਸਵੀਂ ਧੰਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਲਾ ਸੰਗਤ ਜੀ ਕਿਹਾ ਜਾਂਦਾ ਹੈ। ਭਾਵੇਂ ਉਹ ਮੋਤੀਆਂ ਦੀ ਹੋਵੇ ਤੇ ਭਾਵੇਂ ਫੁੱਲਾਂ ਦੀ ਹੋਵੇ, ਜਦੋਂ ਇੱਕ ਇੱਕ ਨੂੰ ਚੁੱਕ ਕੇ ਇੱਕ ਲੜੀ 'ਚ ਪਰੋ ਦਿੱਤਾ ਜਾਵੇ ਤੇ ਉਹਦੀ ਮਾਲਾ ਬਣ ਜਾਂਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਸ਼ਸਤਰ ਨਾਮ ਮਾਲਾ, ਕਿ ਜਿਵੇਂ ਸਾਧੂਆਂ ਦੇ ਕੋਲ, ਜੋਗੀਆਂ ਦੇ ਕੋਲ ਉਸ ਪਰਮਾਤਮਾ ਦਾ ਨਾਮ ਭਜਨ ਬੰਦਗੀ ਕਰਨ ਦੀ ਮਾਲਾ ਹੈ, ਉਹਨੂੰ ਜਪਦੇ ਨੇ, ਉਸ ਪਰਮਾਤਮਾ ਦੇ ਸੰਤ ਰੂਪ ਹੋ ਕਰਕੇ ਉਹਦੀ ਸ਼ਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ। ਗੁਰੂ ਖਾਲਸੇ ਦੀ ਝੋਲੀ ਦੇ ਅੰਦਰ ਮੈਂ ਸ਼ਸਤਰ ਨਾਮ ਮਾਲਾ, ਇੱਕ ਐਸੀ ਮਾਲਾ ਦੇ ਦਿਆਂਗਾ ਜਿਹੜਾ ਸ਼ਸਤਰਾਂ ਦੇ ਨਾਮ ਦੀ ਮਾਲਾ ਜਪੇਗਾ ਤੇ ਪਰਮਾਤਮਾ ਦੀ ਤਾਕਤ ਰੂਪੀ, ਬਲ ਰੂਪੀ ਵਿਨਾਸ਼ ਦਾ ਨਾਸ਼ ਕਰਨ ਵਾਸਤੇ ਕਾਲ ਦੀ ਵੀ ਮਹਾਕਾਲ ਸ਼ਕਤੀ ਉਹ ਸ਼ਸਤਰ ਨਾਮ ਮਾਲਾ ਦੇ ਅਭਿਆਸ ਦੇ ਰਾਹੀਂ ਗੁਰਸਿੱਖਾਂ ਨੂੰ ਪ੍ਰਾਪਤ ਹੋਵੇਗੀ। ਤੇ ਪੁਰਾਤਨ ਗ੍ਰੰਥਾਂ ਦੇ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਜਿਹੜੇ ਨਿਤਨੇਮੀ ਸਿੰਘ ਸਨ ਉਹ ਆਪਣੇ ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਸ਼ਸਤਰ ਨਾਮ ਮਾਲਾ ਦਾ ਵੀ ਜਾਪ ਕਰਿਆ ਕਰਦੇ ਸਨ। ਭਾਵੇਂ ਅੱਜ ਕੱਲ੍ਹ ਇੱਕ ਦੋ ਦੋਹਰੇ ਪੜ੍ਹੇ ਜਾਂਦੇ ਨੇ, 90 ਤੋਂ ਵਧੇਰੇ ਅੰਗ ਬਣ ਜਾਂਦੇ ਨੇ ਸ਼ਸਤਰ ਨਾਮ ਮਾਲਾ ਬਾਣੀ ਦੇ, ਤੇ ਉਹ ਸਿੰਘਾਂ ਦੀ ਰੋਜ਼ਾਨਾ ਜੀਵਨ ਦਾ ਇੱਕ ਹਿੱਸਾ ਸੀ ਜਿਹੜੇ ਸ਼ਸਤਰ ਨਾਮ ਬਾਲਾ ਮਾਲਾ ਬਾਣੀ ਨੂੰ ਪੜ੍ਹਦੇ ਸਨ। ਤੇ ਜਿਵੇਂ ਵਾਹਿਗੁਰੂ 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 ਦਾ ਨਾਮ ਅਸੀਂ ਜਪਦੇ ਹਾਂ ਸੰਗਤ ਜੀ, ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਅੰਦਰ ਸ਼ਸਤਰਾਂ ਦੇ ਨਾਮ ਦੱਸੇ ਨੇ ਤੇ ਵਾਰ ਵਾਰ ਦੁਹਰਾਏ ਨੇ। ਜਿਵੇਂ ਵਾਹਿਗੁਰੂ 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 ਜਪਣ ਦੇ ਨਾਲ ਉਸ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਮਿਲਦਾ ਹੈ, ਸੋ ਸ਼ਸਤਰਾਂ ਦੇ ਨਾਮ ਵਾਰ ਵਾਰ ਜਪਣ ਦੇ ਨਾਲ ਇਹ ਸ਼ਸਤਰ ਸਿੱਧ ਹੋ ਜਾਂਦੇ ਨੇ, ਇਹ ਤਾਕਤ ਤੁਹਾਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਇਤਿਹਾਸ ਦੇ ਵਿੱਚ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਵਿਸਥਾਰ ਦੇ ਨਾਲ ਇਸ ਗੱਲ ਨੂੰ ਖੋਲ੍ਹਾਂ ਕਿ ਇਹੋ ਜਿਹੇ ਵੀ ਗੁਰੂ ਕੇ ਪਿਆਰੇ ਸਿੱਖ ਸਨ ਜਿਨ੍ਹਾਂ ਨੇ ਇਸ ਬਾਣੀ ਦਾ ਅਭਿਆਸ ਕੀਤਾ ਤੇ ਇੱਕ ਸਮਾਂ ਆਇਆ ਉਸ ਤਲ ਤੱਕ ਪਹੁੰਚ ਗਏ ਨੇ ਕਿ ਯੁੱਧ ਦੇ ਮੈਦਾਨ ਦੇ ਅੰਦਰ ਜਿਹੜਾ ਸ਼ਸਤਰ ਚਾਹੁਣ ਉਹ ਸ਼ਸਤਰ ਮੰਗਾ ਸਕਦੇ ਨੇ, ਹਾਜ਼ਰ ਕਰ ਸਕਦੇ ਨੇ। ਕਿਉਂ? ਕਿਉਂਕਿ ਸ਼ਸਤਰ ਸਿੱਧ ਕੀਤੇ ਹੋਏ। ਸੋ ਇੱਥੇ ਇਹ ਸਵਾਲ ਪੈਦਾ ਹੋ ਜਾਂਦਾ ਹੈ ਜੀ, ਫਿਰ ਸ਼ਸਤਰ ਸਿੱਧ ਕਰ ਲੈਣੇ ਤੇ ਕੀ ਕਿਸੇ ਨੂੰ ਡਰਾਉਣਾ ਹੈ, ਜਾਂ ਸ਼ਸਤਰ ਸਿੱਧ ਕਰਕੇ ਕਿਸੇ ਦੇ ਉੱਪਰ ਜ਼ੁਲਮ ਕਰਨਾ ਹੈ, ਆਪਣੇ ਆਪ ਨੂੰ ਤਾਕਤਵਰ ਬਣਾਉਣਾ ਹੈ? ਸੰਗਤ ਜੀ, ਜਿਹੜੇ ਸ਼ਸਤਰ ਨੇ ਉਹ ਲੜਾਈ ਕਰਨ ਵਾਸਤੇ ਨਹੀਂ, ਯੁੱਧ ਕਰਨ ਵਾਸਤੇ ਨਹੀਂ, ਯੁੱਧ ਨੂੰ ਟਾਲਣ ਵਾਸਤੇ ਹੁੰਦੇ ਨੇ। ਹੁਣ ਆਪ ਜੀ ਸੋਚੋਗੇ ਵੀ ਭਾਈ ਸਾਹਿਬ ਇਹ ਕਿਹੋ ਜਿਹੀ ਗੱਲ ਹੋਈ ਕਿ ਸ਼ਸਤਰ ਜਿਹੜੇ ਨੇ ਉਹ ਯੁੱਧ ਨੂੰ ਟਾਲਣ ਵਾਸਤੇ ਨੇ, ਲੜਨ ਵਾਸਤੇ ਨੇ? ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਵਿਚਾਰ ਹੋਰ ਸਾਂਝਾ ਕਰਾਂ। ਕੋਈ ਸਾਡਾ ਵੀਰ ਭੈਣ ਭਰਾ
ਜਿਹੜਾ ਹਜੇ ਸਕੂਲ ਜਾਂ ਕਾਲਜ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੈ, ਪੜ੍ਹਾਈ ਸ਼ੁਰੂ ਕੀਤੀ ਹੈ, ਅਤੇ ਮੈਂ ਉਹਦੇ ਅੱਗੇ ਕੋਈ ਡਾਕਟਰੇਟ ਦੀ, ਕੋਈ ਇੰਜੀਨੀਅਰ ਦੀ, ਕਿਸੇ ਸਾਇੰਸਦਾਨ ਦੀ ਜਿਹੜੀ ਫਾਈਨਲ ਦੀ ਪੜ੍ਹਾਈ ਹੁੰਦੀ ਹੈ ਉਹਦੀ ਕਿਤਾਬ ਲਿਆ ਕਰਕੇ ਅਤੇ ਉਹਨੂੰ ਦੇ ਦੇਵਾਂ ਅਤੇ ਕਹਾਂ ਵੀ ਭਾਈ ਆਹ ਲੈ ਆਹ ਬੁੱਕ ਪੜ੍ਹ ਲੈ, ਅਤੇ ਉਹ ਮੇਰੇ ਮੂੰਹ ਵੱਲ ਵੇਖੇਗਾ ਕਿ ਭਾਈ ਸਾਹਿਬ ਇਹ ਕੀ ਲਿਆ ਕੇ ਦੇ ਦਿੱਤਾ ਤੁਸੀਂ, ਮੈਂ ਤਾਂ ਹਜੇ ਸ਼ੁਰੂਆਤ ਕੀਤੀ ਹੈ, ਕੋਈ ਏ ਬੀ ਸੀ ਸਾਨੂੰ ਕੁਛ ਮਾੜਾ ਮੋਟਾ ਇਹੋ ਜਿਹਾ ਦੱਸੋਗੇ ਤਾਂ ਸਾਡੇ ਪੱਲੇ ਪਵੇ, ਅਤੇ ਇਹ ਸਿਰੇ ਦੀ ਪੜ੍ਹਾਈ ਲਿਆ ਕੇ ਤੁਸੀਂ ਦੇ ਦਿੱਤੀ ਹੈ, ਉਹਦੇ ਵਾਸਤੇ ਉਹਦਾ ਮੁੱਲ ਕੋਈ ਨਹੀਂ। ਅਤੇ ਜੇ ਉਹੀ ਕਿਤਾਬ ਕਿਸੇ ਡਾਕਟਰ ਦੇ ਹੱਥ ਲੱਗ ਜਾਵੇ, ਕਿਸੇ ਵਕੀਲ ਦੇ ਹੱਥ ਲੱਗ ਜਾਵੇ ਜਿਹੜਾ ਪ੍ਰੈਕਟਿਸ ਕਰ ਰਿਹਾ ਹੈ, ਉਹ 100 ਵਾਰ ਧੰਨਵਾਦ ਕਰੇਗਾ ਕਿ ਹਾਂ ਇਹ ਮੇਰਾ ਕਿਸਬ ਹੈ, ਮੇਰੇ ਵਾਸਤੇ ਬੜੀ ਅੱਤ ਜ਼ਰੂਰੀ ਇਹਦੇ ਵਿੱਚ ਜਾਣਕਾਰੀ ਹੈ, ਬੜਾ ਚੰਗਾ ਕੀਤਾ ਤੁਸੀਂ ਮੈਨੂੰ ਇਹ ਦੇ ਦਿੱਤੀ ਹੈ, ਇਹਦੇ ਸਹਾਰੇ ਮੈਂ ਅੱਗੇ ਕਾਰਜ ਕਰ ਸਕਦਾ। ਕਹਿਣ ਤੋਂ ਭਾਵ ਕਿ ਜਿਨ੍ਹਾਂ ਨੇ ਬਾਣੀ ਪੜ੍ਹੀ ਨਹੀਂ, ਜਿਨ੍ਹਾਂ ਨੇ ਬਾਣੀ ਸਰਵਣ ਨਹੀਂ ਕੀਤੀ, ਜਿਹੜੇ ਹਜੇ ਉਸ ਤਲ ਤੱਕ ਨਹੀਂ ਪਹੁੰਚੇ, ਜਦੋਂ ਉਹ ਗੁਰਮੁਖਾਂ ਦੇ ਨਾਲ ਇਹ ਗੱਲ ਕਰੋਗੇ ਤੇ ਉਹ ਕਹਿਣਗੇ ਜੀ ਇਹ ਤੇ ਅਵਲੀਆਂ ਟਵਲੀਆਂ ਹੀ ਮਾਰਦੇ ਨੇ, ਕਿਹੜੇ ਸ਼ਸਤਰ ਸਿੱਧ ਕਰਨੇ ਨੇ ਤੇ ਕਿਹੜੀ ਮਾਲਾ ਪੜ੍ਹਨੀ ਹੈ ਤੇ ਕੀ ਕਰਨਾ ਹੈ, ਸਾਨੂੰ ਤੇ ਵਾਹਿਗੁਰੂ ਵਾਹਿਗੁਰੂ ਦੀ ਗੱਲ ਦੱਸੋ, ਪ੍ਰਸ਼ਾਦਾ ਛਕੀਏ ਤੇ ਘਰ ਜਾ ਕੇ ਆਪਣੇ ਕਾਰਜਾਂ 'ਚ ਲੱਗੀਏ। ਕਹਿਣ ਤੋਂ ਭਾਵ ਕਿ ਉਸ ਪੱਧਰ ਦੀ ਗੱਲ ਨੂੰ ਸਮਝਣ ਵਾਸਤੇ ਸਾਨੂੰ ਉਸ ਪੱਧਰ ਤੱਕ ਜਾਣਾ ਪਵੇਗਾ। ਤੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਜੋ ਇਹ ਸਿਧਾਂਤ ਸਾਨੂੰ ਦਿੱਤਾ ਹੈ, ਜੋ ਇਹ ਕਿਰਪਾ ਵਰਤਾਈ ਹੈ, ਉਹਨੂੰ ਸਮਝਣ ਵਾਸਤੇ ਸਾਨੂੰ ਆਪਣੀ ਬੁੱਧੀ ਨੂੰ ਤਿਆਗ ਕਰਕੇ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਦਾ ਧਿਆਨ ਧਰਨਾ ਪੈਣਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਤੇ ਕਿਸ ਲੈਵਲ ਤੇ ਕਿਸ ਸੋਚ ਤੱਕ ਸਾਨੂੰ ਬਲਵਾਨ ਕਰਨਾ ਚਾਹੁੰਦੇ ਨੇ। ਜਦੋਂ ਆਪਣੀ ਬੁੱਧੀ ਦੇ ਤਲ ਤੇ ਗੁਰੂ ਨੂੰ ਪਰਖਣਾ ਸ਼ੁਰੂ ਕਰ ਦੇਵਾਂਗੇ, ਫਿਰ ਸਾਡੇ ਵਾਸਤੇ ਇਹ ਚੀਜ਼ਾਂ ਝੂਠੀਆਂ ਜਾਪਣਗੀਆਂ। ਪਰ ਰਹੋ ਵਿਚਾਰ, ਸੋ ਸਤਿਗੁਰੂ ਨੇ ਕਿਰਪਾ ਕੀਤੀ, ਸ਼ਸਤਰਾਂ ਦਾ ਮਾਲਾ ਦਿੱਤੀ ਹੈ, ਤੇ ਸ਼ਸਤਰ ਜਿਹੜੇ ਨੇ ਉਹ ਜੰਗ ਟਾਲਣ ਵਾਸਤੇ ਸਹਾਈ ਕਿਵੇਂ ਨੇ। ਵੱਡੇ ਵੱਡੇ ਮੁਲਕਾਂ 'ਚ ਰਹਿੰਦੇ ਹਾਂ, ਇਹਨਾਂ ਮੁਲਕਾਂ ਦੀ ਆਪਾਂ ਗੱਲ ਕਰ ਲਈਏ, ਪਰਮਾਣੂ ਹਥਿਆਰ ਤੇ ਐਸੇ ਐਸੇ ਵੱਡੇ ਵੱਡੇ ਹਥਿਆਰ ਇਹਨਾਂ ਮੁਲਕਾਂ ਨੇ ਕਿਉਂ ਬਣਾਏ ਨੇ ਭਾਈ? ਰੋਜ਼ਾਨਾ ਕਿਸੇ ਨਾਲ ਲੜਦੇ ਨੇ ਜਾਂ ਕਿਸੇ ਦੇ ਨਾਲ ਲੜਾਈ ਕਰਨ ਵਾਸਤੇ ਵਰਤੇ ਜਾਂਦੇ ਨੇ? ਨਹੀਂ ਨਾ ਵਰਤੇ ਜਾਂਦੇ, ਉਹ ਕੇਵਲ ਜੰਗ ਨੂੰ ਟਾਲਣ ਵਾਸਤੇ ਹੈ ਕਿ ਜਿਹੜਾ ਸਾਡੇ ਤੇ ਚੜ੍ਹ ਕੇ ਆਵੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਕੋਲ ਵੀ ਪਰਮਾਣੂ ਹੈ, ਜੇ ਤੂੰ ਚਲਾਵੇਂਗਾ ਤੇ ਮੈਂ ਵੀ ਤੇਰਾ ਜਵਾਬ ਠੋਕ ਕੇ ਦੇ ਦਿਆਂਗਾ। ਇਸ ਕਰਕੇ ਕਦਮ ਪੱਟਣ ਤੋਂ ਪਹਿਲਾਂ ਚੜ੍ਹ ਕੇ ਆਉਣ ਵਾਲਾ 10 ਵਾਰ ਸੋਚਦਾ ਹੈ ਕਿ ਭਾਈ ਉਹ ਖਾਲੀ ਹੱਥੀਂ ਨਹੀਂ ਬੈਠਾ, ਜੇ ਮੈਂ ਜਾਵਾਂਗਾ ਤਾਂ ਮੈਨੂੰ ਉਹਦਾ ਜਵਾਬ ਉਹਨੇ ਦੇ ਦੇਣਾ ਹੈ। ਸੋ ਸ਼ਸਤਰ ਜਿਹੜੇ ਨੇ, ਹਥਿਆਰ ਜਿਹੜੇ ਨੇ, ਜੰਗ ਨੂੰ ਟਾਲਣ ਵਾਸਤੇ ਨੇ, ਤੇ ਜਿਹੜਾ ਫਿਰ ਚੜ੍ਹ ਕੇ ਆ ਜਾਵੇ ਉਹਦਾ ਜਵਾਬ ਦੇਣ ਵਾਸਤੇ ਤੇ ਹੈ ਹੀ ਨਹੀਂ। ਜਿੱਥੇ ਕਿਰਪਾ ਤੇ ਆਉਣ ਵਾਸਤੇ ਕਿਰਪਾਨ ਹੈ, ਤੇ ਫਿਰ ਕਿਰਪਾ ਤੇ ਆਉਣ ਦੇ ਜਿੱਥੇ ਅਰਥ ਬਣਦੇ ਨੇ, ਉੱਥੇ ਕਿਰਪਾ ਨਾ, ਦੋ ਅਰਥ ਗੁਰਮੁਖਾਂ ਨੇ ਕੀਤੇ ਨੇ। ਕਿਰਪਾਨ ਆਉਣ ਤੇ ਸ਼ਾਨ ਦੀ ਸ਼ਕਤੀ, ਵਾਹਿਗੁਰੂ ਆਉਣ ਤੇ ਸ਼ਾਨ ਨੂੰ ਬਚਾਉਣ ਵਾਸਤੇ ਕਿਰਪਾ ਕਰਨ ਵਾਸਤੇ, ਤੇ ਫਿਰ ਜਦੋਂ ਮਿਆਨੋਂ ਬਾਹਰ ਆ ਜਾਂਦੀ ਹੈ ਕਿਰਪਾ ਨਾ, ਫਿਰ ਕਿਰਪਾ ਨਹੀਂ ਕਰਦੀ, ਫਿਰ ਚੜ੍ਹ ਕੇ ਆਏ ਨੂੰ ਜਵਾਬ ਉਸ ਤਰੀਕੇ ਨਾਲ ਦਿੰਦੀ ਹੈ। ਤੇ ਆਪ ਵੀ ਇਹ ਪ੍ਰਤੱਖ ਅੱਜ ਵੀ ਪ੍ਰਮਾਣ ਲੈ ਸਕਦੇ ਹੋ। ਕੋਈ ਵੀਰ ਭੈਣ ਭਰਾ ਜਿਹੜਾ ਸ਼ਸਤਰਧਾਰੀ ਹੋਵੇ, ਸ਼ਸਤਰ ਵਸਤਰ ਸਜਾਏ ਹੋਣ, ਤੇ ਜਿਹੜੇ ਗਲ ਪੈਣ ਵਾਲੇ ਨਿੰਦਕ ਲੋਕ ਨੇ ਉਹ 10 ਕਰਮਾਂ ਪਹਿਲਾਂ ਪਰਾਂ ਦੀ ਹੋ ਕੇ ਚੱਲਦੇ ਨੇ, ਭਾਈ ਇਹਨੂੰ ਛੇੜਨ ਦਾ ਲਾਭ ਕੋਈ ਨਹੀਂ, ਇਹ ਗੁਰੂ ਕਾ ਸਜਿਆ ਧਜਿਆ ਸਿੰਘ ਹੈ ਜਾਂ ਸਿੰਘਣੀ ਹੈ, ਜੇ ਗੱਲ ਕਰਾਂਗੇ ਤੇ ਸਾਨੂੰ ਜਵਾਬ ਦੇ ਦੇਵੇਗਾ, ਤੇ ਜੇਕਰ ਸ਼ਸਤਰਹੀਣ ਹੋਈਏ ਤੇ ਜਿਹੜਾ ਕਿਹੜਾ ਮਰਜ਼ੀ ਆੜ ਕੇ ਗੱਲ ਨੂੰ ਪੈ ਜਾਂਦਾ। ਸੋ ਸ਼ਸਤਰ ਜਿਹੜੇ ਨੇ ਕਿਸੇ ਨੂੰ ਡਰਾਉਣ ਵਾਸਤੇ, ਮਾਰਨ ਵਾਸਤੇ ਨਹੀਂ, ਆਤਮ ਰੱਖਿਆ ਵਾਸਤੇ ਤੇ ਯੁੱਧ ਨੂੰ ਟਾਲਣ ਵਾਸਤੇ। ਸੋ ਸਤਿਗੁਰ ਨੇ ਕਿਰਪਾ ਕੀਤੀ ਕਿ ਸ਼ਸਤਰ ਨਾਮ ਮਾਲਾ ਬਖਸ਼ਿਸ਼ ਕਰਕੇ ਗੁਰਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਭਾਈ
ਜੰਗ ਦੇ ਮੈਦਾਨ ਦੇ ਅੰਦਰ ਜੂਝਣ ਵਾਸਤੇ ਤਾਕਤ ਜੇ ਬਲ ਜੇ ਸ਼ਕਤੀ ਲੈਣੀ ਹੈ ਤੇ ਇਹ ਬਾਣੀ ਪੜ੍ਹਨੀ ਪਵੇਗੀ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ ਕੋਈ ਦੋ ਰਾਏ ਨਹੀਂ, ਕਈ ਵਾਰ ਇਹ ਭੁਲੇਖਾ ਪਾਇਆ ਜਾਂਦਾ ਹੈ ਜੀ ਦਸਮ ਦੀ ਗੱਲ ਕਰਕੇ, ਦਸਮ ਦੀ ਬਾਣੀ ਦੀ ਗੱਲ ਕਰਕੇ ਗੁਰੂ ਗ੍ਰੰਥ ਨਾਲੋਂ ਤੋੜਿਆ ਜਾ ਰਿਹਾ ਹੈ। ਨਹੀਂ ਗੁਰਮੁਖੋ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਇਸ਼ਟ ਸਾਡੇ ਗੁਰੂ ਹਨ, ਉਹਨਾਂ ਤੋਂ ਇਲਾਵਾ ਸਾਡਾ ਕੋਈ ਦੂਜਾ ਗੁਰੂ ਨਹੀਂ। ਪਰ ਗੁਰੂ ਕਲਗੀਧਰ ਪਿਤਾ ਜੀ ਦੀਆਂ ਇਹ ਬਖਸ਼ਿਸ਼ ਕੀਤੀਆਂ ਹੋਈਆਂ ਬਾਣੀਆਂ ਸੰਤ ਤੋਂ ਸਿਪਾਹੀ ਦੇ ਮਾਰਗ 'ਤੇ ਲੈ ਕੇ ਜਾਣ ਵਾਸਤੇ ਸਾਡੇ ਵਾਸਤੇ ਅੱਤ ਜ਼ਰੂਰੀ ਨੇ, ਅਤੇ ਹੋਰ ਵੀ ਧਾਰਮਿਕ ਗ੍ਰੰਥ ਖਾਲਸੇ ਵਾਸਤੇ ਪੜ੍ਹਨੇ ਅੱਤ ਜ਼ਰੂਰੀ ਨੇ, ਪਰ ਸਾਡਾ ਇਸ਼ਟ ਅਤੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ। ਵਿਚਾਰ ਨੂੰ ਅੱਗੇ ਤੋਰਾਂ ਅਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਦੁਹਰਾ ਸਾਂਗ ਸਰੋਹੀ ਸਹਿਤੀ। ਸਾਂਗ ਕਿਹਾ ਜਾਂਦਾ ਇੱਕ ਐਸੇ ਵਰਸ਼ੇ ਨੂੰ, ਹਜ਼ੂਰ ਸਾਹਿਬ ਦੇ ਜੇਕਰ ਆਪ ਜੀ ਪ੍ਰੋਗਰਾਮ ਸਰਵਣ ਕਰਦੇ ਹੋ ਜਾਂ ਕਿਤੇ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਆਪ ਜੀ ਨੂੰ ਇਹ ਸਾਰੇ ਸ਼ਸਤਰਾਂ ਦੇ ਦਰਸ਼ਨ ਹੋ ਸਕਦੇ ਨੇ। ਅਤੇ ਮਾਈ ਭਾਗੋ ਜੇਕਰ ਆਉਂਦਾ ਹੈ ਜੰਗ ਦੇ ਮੈਦਾਨ ਦੇ ਅੰਦਰ ਅਤੇ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਮਾਈ ਭਾਗੋ ਜੂਝੇ ਨੇ ਅਤੇ ਉਹਨਾਂ ਨੇ ਵੀ ਇਸ ਸਾਂਗ ਦੇ ਨਾਲ ਹੀ ਦੁਸ਼ਮਣ ਦੇ ਆਹੂ ਲਾਏ ਨੇ। ਬੜਾ ਚੌੜੇ ਰੂਪ ਦਾ ਮੂਹਰੇ ਭਾਲਾ ਹੁੰਦਾ ਹੈ ਅਤੇ ਪਿੱਛੇ ਜਿਹੜੀ ਛੜ ਹੁੰਦੀ ਹੈ ਜਿਵੇਂ ਆਪਾਂ ਦੇਖਦੇ ਹਾਂ ਨਾ ਵਰਸ਼ੇ ਦੇ ਮਗਰ ਡੰਡਾ ਲੱਗਾ ਹੁੰਦਾ ਹੈ ਲੱਕੜ ਦਾ, ਪਰ ਇਹਦੀ ਸਾਂਗ ਹੈ ਇਹਦੀ ਛੜ ਜਿਹੜੀ ਹੈ ਲੋਹੇ ਦੀ ਹੁੰਦੀ ਹੈ, ਲੱਕੜ ਦੀ ਨਹੀਂ, ਅਤੇ ਇਹਦਾ ਆਪਣਾ ਹੀ ਭਾਰ ਬਹੁਤ ਹੁੰਦਾ ਹੈ ਸੰਗਤ ਜੀ, ਅਤੇ ਇਹਦਾ ਮੂਹਰੇ ਚੌਲਾ ਪਹਾੜਾ ਜਿਹੜਾ ਹੈ ਐਡਾ ਕੁ ਮਜ਼ਬੂਤ ਹੁੰਦਾ ਹੈ ਕਿ ਜਿਹੜੀ ਸੰਜੋਅ ਹੁੰਦੀ ਹੈ ਜਿਹਨੂੰ ਆਰਮਰ ਕਿਹਾ ਜਾਂਦਾ ਹੈ, ਬਖਤਰਬੰਦ ਹੁੰਦੇ ਨੇ ਜਿਹੜੇ ਸਰੀਰ ਨੂੰ ਪ੍ਰੋਟੈਕਟ ਕਰਨ ਵਾਸਤੇ, ਉਹਨਾਂ ਨੂੰ ਵੀ ਪਾੜ ਕੇ ਲੰਘ ਜਾਂਦੀ ਹੈ ਅਤੇ ਤਕੜੇ ਤੋਂ ਤਕੜੇ ਘੋੜੇ ਹਾਥੀਆਂ ਨੂੰ ਵੀ ਜਿਹੜੀ ਹੈ ਪਾਰ ਬੁਲਾ ਦਿੰਦੀ ਹੈ। ਅਤੇ ਇਹਦਾ ਆਪਣਾ ਹੀ ਭਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਜਦੋਂ ਕਿਸੇ ਦੇ ਮਾਰੀ ਜਾਂਦੀ ਹੈ ਅਤੇ ਆਪਣੇ ਭਾਰ ਦੇ ਨਾਲ ਹੀ ਅੰਦਰ ਧੱਸ ਜਾਂਦੀ ਹੈ, ਮਾਰਨ ਵਾਲੇ ਨੂੰ ਤਾਂ ਜ਼ੋਰ ਬਹੁਤਾ ਨਾ ਵੀ ਲਾਉਣਾ ਪਵੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ ਸ਼ਸਤਰਾਂ ਦਾ ਜ਼ਿਕਰ ਕੀਤਾ ਹੈ, ਸਾਂਗ ਸਰੋਹੀ ਸਹਿਜੀ ਤੀਰ ਤੁਪਕ ਤਰਵਾਰ। ਸਰੋਹੀ ਕਿਹਾ ਜਾਂਦਾ ਹੈ ਤਲਵਾਰ ਨੂੰ, ਰਾਜਸਥਾਨ ਦਾ ਇੱਕ ਇਲਾਕਾ ਹੈ ਸਰੋਹੀ, ਉੱਥੋਂ ਦੀ ਬਣੀ ਹੋਈ ਤਲਵਾਰ ਹੈ। ਸਹਿਤੀ ਜਿਹੜੀ 100 ਹੱਥਾਂ ਦੇ ਨਾਲ ਚਲਾਈ ਜਾ ਸਕੇ, ਅਤੇ ਹੁਣ ਸਵਾਲ ਪੈਦਾ ਹੋ ਜਾਵੇਗਾ, ਤਰਕਬਾਣ 'ਤੇ ਪਹਿਲਾਂ ਹੀ ਉਹ ਮੁੱਦਾ ਲੈ ਕੇ ਬੈਠੇ ਰਹਿੰਦੇ ਨੇ ਕਿ ਕੋਈ ਵਚਨ ਨਿਕਲੇ ਅਤੇ ਅਸੀਂ ਇਸ ਗੱਲ ਨੂੰ ਫੜੀਏ ਵੀ ਹੁਣ ਇਹ ਮਾਤਾ ਦੀ ਗੱਲ ਕਰਨਗੇ ਵੀ ਭਾਈ ਕਈ ਹੱਥ ਨੇ, 100 ਹੱਥਾਂ ਦੀ ਗੱਲ ਕਰ ਦਿੱਤੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਜ਼ਿਕਰ ਕੀਤਾ ਹੈ ਕਿ ਹੇਠੋਂ ਦੀ, ਉੱਪਰ ਦੀ, ਸੱਜੇ ਦੀ, ਖੱਬੇ ਦੀ, ਭਾਵ 100 ਤਰੀਕਿਆਂ ਦੇ ਨਾਲ ਜਿਹਦੇ ਨਾਲ ਵਾਰ ਕੀਤਾ ਜਾ ਸਕਦਾ ਹੈ। ਸਹਿਤ ਹੀ 100 ਹੱਥਾਂ ਦੇ ਨਾਲ ਵਰਤੀ ਜਾਣ ਵਾਲੀ, ਭਾਵੇਂ ਸੱਜੇ ਹੱਥ ਨਾਲ ਵਰਤ ਲਓ ਅਤੇ ਭਾਵੇਂ ਖੱਬੇ ਹੱਥ ਨਾਲ ਵਰਤ ਲਓ। ਸੋ ਇੱਥੇ 100 ਹੱਥ ਇਹ ਨਹੀਂ ਕਿ ਮਾਤਾ ਦੀ ਤਰ੍ਹਾਂ ਸਾਡੇ ਹੱਥ ਹੋਰ ਨਿਕਲ ਆਉਣਗੇ। ਸੋ ਸਤਿਗੁਰ ਨੇ ਸ਼ਸਤਰਾਂ ਦਾ ਜ਼ਿਕਰ ਕੀਤਾ ਹੈ। ਤੀਰ ਤੁਪਕ ਤਰਵਾਰ, ਤੀਰ ਕਿਹਾ ਜਾਂਦਾ ਜਿਹੜਾ ਤੀਰ ਕਮਾਨ ਦੇ ਨਾਲ ਵਰਤਿਆ ਜਾਂਦਾ ਹੈ, ਤੁਪਕ ਕਹਿੰਦੇ ਨੇ ਸੰਗਤ ਜੀ ਬੰਦੂਕ ਨੂੰ, ਤੋੜੇਦਾਰ ਬੰਦੂਕਾਂ ਮਸਾਲਾ ਭਰ ਕੇ ਚਲਾਈਆਂ ਜਾਂਦੀਆਂ ਸਨ, ਅਤੇ ਤਰਵਾਰ ਜਿਹਦਾ ਅਰਥ ਤਲਵਾਰ ਵੀ ਬਣਦਾ ਹੈ, ਥੱਲੇ ਤੋਂ ਉੱਪਰ ਵਾਲੇ ਪਾਸੇ ਨੂੰ ਵਾਰ ਕਰਨ ਵਾਲੀ, ਤਲ ਤੋਂ ਉੱਪਰ ਨੂੰ ਜਾਣ ਵਾਲੀ ਤਲਵਾਰ ਜਿਹੜੀ ਕੱਟ ਦੇਵੇ। ਸੋ ਸਤਿਗੁਰੂ ਜੀ ਉਹਨਾਂ ਸ਼ਸਤਰਾਂ ਦੇ ਨਾਮ ਦੱਸ ਰਹੇ ਨੇ ਅਤੇ ਇਹ ਦ੍ਰਿੜ ਕਰਾ ਰਹੇ ਨੇ ਕਿ ਜੰਗ ਦੇ ਮੈਦਾਨ ਦੇ ਅੰਦਰ ਇਹ ਸ਼ਸਤਰ ਤਾਕਤ ਰੂਪ ਦੇ ਵਿੱਚ, ਸ਼ਕਤੀ ਰੂਪ ਦੇ ਵਿੱਚ ਕਿਵੇਂ ਸਹਾਈ ਹੁੰਦੇ ਨੇ। ਸਾਂਗ ਸਰੋਹੀ ਸਹਿਤੀ ਤੀਰ ਤੁਪਕ ਤਰਵਾਰ, ਸਤਰਾਂਤਕ ਕਵਚਾਂਤ ਕਰ ਕਰੀਏ ਰਛ ਹਮਾਰ। ਸਤਰਾਂਤਕ ਕਿਹਾ ਜਾਂਦਾ ਹੈ ਸ਼ਤਰੂ ਦਾ ਅੰਤ ਕਰ ਦੇਣ ਵਾਲੀ, ਕਵਚਾਂਤਕ ਕਵਚ ਪ੍ਰੋਟੈਕਟਰ,
ਕਰੀਏ ਰਚ ਹਮਾਰ। ਹੇ ਵਾਹਿਗੁਰੂ, ਹੇ ਨਿਰੰਕਾਰ, ਹੇ ਪਰਮਾਤਮਾ, ਇਹਨਾਂ ਸ਼ਸਤਰਾਂ ਦੀ ਰੂਪੀ ਸ਼ਕਤੀ ਦੇ ਵਿੱਚ ਵਰਤ ਕਰਕੇ ਸਾਡੀ ਸਹਾਇਤਾ ਕਰੋ, ਤਾਂ ਜੋ ਅਸੀਂ ਦੁਸ਼ਮਣਾਂ ਨੂੰ ਖਤਮ ਕਰ ਸਕੀਏ, ਸਾਨੂੰ ਬਲ ਮਿਲ ਸਕੇ। ਇਹ ਤੇਰੀ ਤਾਕਤ ਇਹਨਾਂ ਸ਼ਸਤਰਾਂ ਦੇ ਰੂਪ ਦੇ ਵਿੱਚ ਸਾਨੂੰ ਮਿਲੇ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਸ ਕਿਰਪਾਨ ਧਾਰਾ ਧਰੀ। ਅਸ ਵੀ ਕਿਹਾ ਜਾਂਦਾ ਹੈ ਕਿਰਪਾਨ ਨੂੰ ਹੀ, ਧਾਰਾ ਧਰੀ ਜਿਹੜੀ ਤੇਜ ਧਾਰ ਹੋਵੇ, ਜਿਹਨੇ ਧਾਰ ਧਾਰਨ ਕੀਤੀ ਹੋਈ ਹੈ, ਬੜੀ ਤਿੱਖੀ ਧਾਰ ਹੈ। ਅਸ ਕਿਰਪਾਨ ਧਾਰਾ ਧਰੀ ਸੈਫ ਸੂਲ ਜਮਦਾਰ। ਸੈਫ ਕਿਹਾ ਜਾਂਦਾ ਹੈ ਸੰਗਤ ਜੀ ਇੱਕ ਸਿੱਧੀ ਤਲਵਾਰ ਹੁੰਦੀ ਹੈ, ਜਿਹੜੀ ਆਮ ਅਸੀਂ ਤਲਵਾਰ ਦੇਖਦੇ ਹਾਂ ਉਹ ਥੋੜ੍ਹੀ ਹਾਫ ਸਰਕਲ ਦੇ ਰੂਪ ਦੇ ਵਿੱਚ ਸਾਨੂੰ ਲੱਗਦੀ ਹੈ ਕਿ ਜਿਵੇਂ ਇਉਂ ਬਣੀ ਹੁੰਦੀ ਹੈ, ਪਰ ਜਿਹੜੀ ਸੈਫ ਹੈ ਉਹ ਖੰਡੇ ਦੀ ਤਰ੍ਹਾਂ ਸਿੱਧੀ ਜਿਹੜੀ ਹੈ ਇਸ ਰੂਪ ਦੇ ਵਿੱਚ ਹੁੰਦੀ ਹੈ। ਸੋ ਇੱਥੇ ਸ਼ਸਤਰ ਹੈ ਨਹੀਂ, ਵੈਸੇ ਮੇਰੇ ਕੋਲ ਤਸਵੀਰਾਂ ਸਨ, ਕਿਤੇ ਸਮਾਂ ਬਣਿਆ ਤਾਂ ਆਪ ਜੀ ਨੂੰ ਤਸਵੀਰਾਂ ਦੇ ਰਾਹੀਂ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੀ ਬਰਕਤਾਂ, ਕੀ ਕਿਰਪਾ ਸਾਡੇ 'ਤੇ ਵਰਸਾਈ ਹੈ। ਸੋ ਸੈਫ ਇੱਕ ਐਸਾ ਸ਼ਸਤਰ ਹੈ। ਸੂਲ ਕਿਹਾ ਜਾਂਦਾ ਹੈ ਇੱਕ ਤਿੱਖਾ ਵਰਸ਼ਾ ਹੁੰਦਾ ਹੈ ਬਿਲਕੁਲ ਲੋਕ ਦਾ। ਅਤੇ ਜਿਹੜੇ ਬਜ਼ੁਰਗ ਵੀਰ ਭੈਣ ਭਰਾ ਪੰਜਾਬ ਤੋਂ ਨੇ, ਕਿੱਕਰਾਂ ਦੀਆਂ ਸੂਲਾਂ ਆਪ ਜੀ ਨੇ ਦੇਖੀਆਂ ਜਾਂ ਸੁਣੀਆਂ ਹੋਣਗੀਆਂ, ਬੜੀਆਂ ਤਿੱਖੀਆਂ ਅਤੇ ਬਿਲਕੁਲ ਸਿੱਧੀਆਂ ਸ਼ਾਰਪ ਹੋਇਆ ਕਰਦੀਆਂ ਸਨ। ਸੋ ਸੂਲ ਵੀ ਜਿਹੜਾ ਸ਼ਸਤਰ ਹੈ ਉਸੇ ਤੋਂ ਹੀ ਨਾਮ ਪਿਆ ਹੋਇਆ ਸੂਲ। ਅਤੇ ਉਹ ਜਿਹੜਾ ਹੈ ਤਕੜੇ ਤੋਂ ਤਕੜੇ ਲੋਹੇ ਨੂੰ ਵੀ ਬਿੰਨ ਕੇ ਅੰਦਰ ਜਾ ਵੜਦਾ ਹੈ। ਸੈਫ ਸੂਲ ਜਮਦਾੜ, ਅਤੇ ਜਮਦਾੜ ਕਿਹਾ ਜਾਂਦਾ ਹੈ ਕਟਾਰ ਨੂੰ, ਕਮਰ ਕੱਸੇ ਦਾ ਸ਼ਸਤਰ ਹੈ। ਜਮ ਦੀ ਦਾੜ, ਜਿਵੇਂ ਮੌਤ ਦਾ ਫਰਿਸ਼ਤਾ ਜਮ ਆਣ ਕੇ ਸਵਾਸਾਂ ਰੂਪੀ ਪ੍ਰਾਣ ਕੱਢ ਕੇ ਲੈ ਜਾਂਦਾ ਹੈ, ਭਾਵ ਮੌਤ ਦੇ ਜਵਾੜੇ 'ਚ ਇਹ ਜ਼ਿੰਦਗੀ ਫਸ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਸਤਰਾਂ ਦੇ ਨਾਮ ਵੀ ਐਸੇ ਐਸੇ ਦਿੱਤੇ ਨੇ ਕਿ ਉਹ ਕਟਾਰ ਜਿਹੜੀ ਜਮ ਦੀ ਦਾੜ ਦੇ ਰੂਪ ਹੈ, ਵੈਰੀਆਂ ਨੂੰ ਪਾਰ ਦੇ ਬੁਲਾ ਦੇਣ ਵਾਲੀ, ਚਿੱਥ ਦੇਣ ਵਾਲੀ, ਖਾ ਜਾਣ ਵਾਲੀ, ਜਿਵੇਂ ਇੱਕ ਜਮ ਜ਼ਿੰਦਗੀ ਨੂੰ ਚਬਾ ਜਾਂਦਾ ਹੈ, ਇਸ ਤਰੀਕੇ ਦੇ ਨਾਲ ਉਹ ਸ਼ਸਤਰ ਜ਼ਾਲਮਾਂ ਨੂੰ, ਦੁਸ਼ਟਾਂ ਨੂੰ ਸੰਘਾਰ ਕਰ ਦਿੰਦਾ ਹੈ। ਉਸ ਕਟਾਰ ਦਾ ਜਮਦਾੜ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਤੇ ਇਹ ਜਿਹੜੇ ਸਾਰੇ ਸ਼ਸਤਰ ਨੇ ਸੰਗਤ ਜੀ, ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਕਮਰ ਕੱਸੇ ਦੇ ਸ਼ਸਤਰ ਨੇ। ਆਪ ਜੀ ਕਿਤੇ ਦਰਸ਼ਨ ਕਰੋ ਅਤੇ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਇੰਨੇ ਸ਼ਸਤਰ ਧਾਰਨ ਕਰਦੇ ਸਨ। ਕਈ ਵਾਰ ਅੱਜ ਦੇ ਸਮੇਂ ਦੇ ਵਿੱਚ ਤੇ ਕੋਈ ਗੁਰਸਿੱਖ ਪਿਆਰਾ ਕੋਈ ਸ੍ਰੀ ਸਾਹਿਬ ਦਿਨ ਬੁੱਢੀ ਪਾ ਕੇ ਆ ਜਾਵੇ ਤੇ ਸਾਡੇ ਗੁਰਮੁਖ ਵੀਰ ਭੈਣ ਭਰਾ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੰਦੇ ਨੇ, ਜੀ ਗੁਰਦੁਆਰੇ ਕਿਹਨੂੰ ਵੱਢਣ ਟੁੱਕੜ ਆ ਗਏ, ਸ਼ਸਤਰਾਂ ਦਾ ਕੀ ਕੰਮ, ਅਸੀਂ ਕਿਰਪਾਨਾਂ ਕੀ ਕਰਨੀਆਂ ਨੇ, ਇੱਥੇ ਤਾਂ ਰੱਬ ਦਾ ਨਾਂ ਲੈਣਾ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਜੀ ਕੀ ਕਹਿ ਰਹੇ ਨੇ, ਉਹਨਾਂ ਦੇ ਬਚਨ ਜਦੋਂ ਸਰਵਣ ਕਰਦੇ ਹਾਂ ਤੇ ਜਿਹੜੇ ਗੁਰਮੁਖ ਪਿਆਰੇ ਗੁਰੂ ਦੀਆਂ ਫੌਜਾਂ ਗੁਰੂ ਕੇ ਸਿੰਘ ਬਾਣੀ ਪੜ੍ਹਦੇ ਨੇ, ਇਸੇ ਕਰਕੇ ਸ਼ਸਤਰ ਵਸਤਰ ਸਜਾਉਂਦੇ ਨੇ ਕਿਉਂਕਿ ਗੁਰੂ ਦੇ ਹੁਕਮ ਦੀ ਉਹ ਪਾਲਣਾ ਕਰਦੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਆਪਣੇ ਬਚਨ ਸਰਵਣ ਕੀਤਾ ਹੋਵੇਗਾ, ਸ਼ਸਤਰ ਕੇ ਅਧੀਨ ਹੈ ਰਾਜ। ਇਹ ਪੰਕਤੀ ਬਹੁਤ ਵਾਰ ਸੁਣੀ ਹੋਵੇਗੀ। ਤੇ ਇਸ ਤੋਂ ਅੱਗੇ ਸਤਿਗੁਰੂ ਜੀ ਕੀ ਫਰਮਾਨ ਕਰਦੇ ਨੇ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਵਿਗਰੇ ਕਾਜ। ਤੇ ਜਿਹੜਾ ਸ਼ਸਤਰ ਧਾਰਨ ਨਹੀਂ ਕਰਦਾ, ਸ਼ਸਤਰਾਂ ਨੂੰ ਛੱਡ ਕੇ ਅਵੇਸਲਾ ਬੈਠਾ ਹੈ, ਉਹਦੇ ਕਾਰਜ ਵਿਗੜਨਗੇ, ਸਵਰਨਗੇ ਨਹੀਂ। ਕਿਉਂ? ਕਿਉਂਕਿ ਦਿੱਲੀ ਦੀ ਆਪਾਂ ਐਗਜ਼ਾਮਪਲ ਲੈ ਲਈਏ, ਜੂਨ ਦਾ ਮਹੀਨਾ ਚੱਲਣਾ ਹੈ, ਦਰਬਾਰ ਸਾਹਿਬ ਦੀ ਗੱਲ ਹੋਣੀ ਹੈ, ਅੱਗੇ ਚੱਲ ਕੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਰਵਣ ਕਰੋ ਤੇ ਤੁਹਾਡੀ ਬਿਰਤੀ ਉੱਥੇ ਲੈ ਕੇ ਜਾਵੋ। ਕਿੱਥੇ ਕਿੱਥੇ ਨਸਲ ਖੁਸ਼ੀ ਹੋਈ ਹੈ ਜਿਹਨੂੰ ਦੰਗਿਆਂ ਦਾ ਨਾਂ ਦਿੱਤਾ ਗਿਆ ਹੈ, ਜਿੱਥੇ
ਸਿੰਘ ਸ਼ਸਤਰਾਂ ਤੋਂ ਖਾਲੀ ਸਨ। ਅੰਗਰੇਜ਼ਾਂ ਦੇ ਰਾਜ ਵੇਲੇ ਦਿੱਲੀ ਦੇ ਵਿੱਚ ਰਹਿ ਕੇ ਪ੍ਰਚਾਰ ਸੁਣ ਸੁਣ ਕੇ ਸ਼ਸਤਰ ਛੱਡ ਦਿੱਤੇ, ਸ਼ਸਤਰਹੀਣ ਹੋ ਗਏ ਤੇ ਉਹਨਾਂ ਨੂੰ ਬੱਕਰੀਆਂ ਭੇਡਾਂ ਦੀ ਤਰ੍ਹਾਂ ਕੱਟਿਆ ਤੇ ਵੱਢਿਆ ਗਿਆ। ਅਬਚਲ ਨਗਰ ਨੰਦੇੜ ਹਜ਼ੂਰ ਸਾਹਿਬ ਦੇ ਵਿੱਚ ਦੰਗੇ ਕਿਉਂ ਨਹੀਂ ਹੋਏ? ਇਤਿਹਾਸ ਫਰੋਲ ਕੇ ਦੇਖ ਲਓ। ਡੀਸੀ ਨੂੰ ਹੁਕਮ ਕੀਤੇ ਗਏ ਕਿ ਭਾਈ ਇੱਧਰ ਅੱਗ ਲੱਗੀ ਹੈ, ਤੁਸੀਂ ਵੀ ਭਾਂਬੜ ਬਾਲੋ। ਤੇ ਉਸ ਡੀਸੀ ਨੇ ਇਹ ਗੱਲ ਕਹੀ ਸੀ ਜੀ, ਇਹ ਸਿੱਖ ਦਿੱਲੀ ਵਾਲੇ ਸਿੱਖ ਨਹੀਂ, ਗੁਰੂ ਦੀ ਬਾਣੀ ਪੜ੍ਹਨ ਵਾਲੇ ਤੇ ਗੁਰੂ ਦੇ ਸਿਧਾਂਤਾਂ ਦੇ ਪਹਿਰਾ ਦੇਣ ਵਾਲੇ ਸ਼ਸਤਰਧਾਰੀ ਸਿੰਘ ਨੇ, ਇੱਥੇ ਕੰਮ ਪੁੱਠਾ ਹੋ ਜਾਣਾ ਹੈ, ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ, ਇਸ ਕਰਕੇ ਇੱਧਰ ਨਾ ਹੀ ਇਹ ਕੰਮ ਕੀਤਾ ਜਾਵੇ ਤਾਂ ਚੰਗਾ ਹੈ। ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ ਕਿ ਸ਼ਸਤਰ ਲੜਾਈ ਨੂੰ ਰੋਕਣ ਵਾਸਤੇ ਸਹਾਈ ਹੁੰਦੇ, ਅੱਜ ਵੀ ਤੁਸੀਂ ਦੇਖ ਲਓ ਸ਼ਸਤਰਧਾਰੀ ਸਿੰਘ ਚੜ੍ਹਦੀ ਕਲਾ ਵਾਲੇ ਤਿਆਰ ਵਰ ਤਿਆਰ ਬੀਬੀਆਂ ਭੈਣਾਂ ਹੋਣ, ਮੇਰੀਆਂ ਭੈਣਾਂ ਬੈਠੀਆਂ ਨੇ ਉੱਪਰ ਦੀ ਗਾਤਰੇ ਕਿਰਪਾਨ ਪਾ ਕੇ, ਕਿਤੇ ਮੇਰੀ ਭੈਣ ਤੁਰੀ ਜਾਂਦੀ ਹੋਵੇ, ਕਿਸੇ ਦੀ ਹਿੰਮਤ ਨਹੀਂ ਕਿ ਬੀਬੀ ਨੂੰ ਛੇੜ ਦੇਵੇ, ਕੋਈ ਬੋਲ ਕਬੋਲ ਬੋਲ ਦੇਵੇ ਜਾਂ ਕੋਈ ਟਿਚਰ ਮਖੌਲ ਕਰ ਦੇਵੇ। ਤੇ ਜਦੋਂ ਸ਼ਸਤਰਹੀਣ ਹੋ ਕਰਕੇ, ਫੈਸ਼ਨ ਪ੍ਰਸਤ ਹੋ ਕਰਕੇ, ਭਾਵੇਂ ਮੇਰੀਆਂ ਭੈਣਾਂ ਨੇ ਤੇ ਭਾਵੇਂ ਮੇਰੇ ਵੀਰ ਨੇ, ਗੁਰੂ ਦੇ ਸਿਧਾਂਤ ਤੋਂ ਟੁੱਟ ਜਾਵਾਂਗੇ ਤੇ ਫਿਰ ਹਰ ਦੁੱਖੀ ਤਿੱਕੀ ਜਿਹੜੀ ਹੈ ਉਹ ਝੇਡਾਂ ਕਰਨ ਲੱਗ ਪੈਂਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਇਹ ਖਾਲੀ ਹੈ ਤੇ ਪੱਲੇ ਕੁਛ ਨਹੀਂ। ਤੇ ਤੁਹਾਡੇ ਸਰੂਪ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਭਾਈ ਕਿਹੜਾ ਗੁਰੂ ਦੇ ਬਚਨ ਤੇ ਪਹਿਰਾ ਦੇ ਰਿਹਾ ਹੈ ਤੇ ਕਿਹੜਾ ਨਹੀਂ ਦੇ ਰਿਹਾ। ਤੇ ਮੈਂ ਗੱਲ ਉੱਥੇ ਲੈ ਕੇ ਆਵਾਂਗੇ ਜੀ, ਗੁਰੂ ਘਰ ਦੇ ਵਿੱਚ ਸ਼ਸਤਰਾਂ ਦਾ ਕੀ ਕੰਮ? ਇਹ ਦੋ ਦੋ ਕਿਰਪਾਨਾਂ ਪਾ ਕੇ ਆ ਗਏ, ਚੋਲੇ ਪਾ ਕੇ ਆ ਗਏ, ਇਹ ਕੀ ਲੋੜ ਹੈ ਜੀ ਬਰਸ਼ੇ ਚੱਕਣ ਦੀ? ਉਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਵਿਗਰੇ ਕਾਜ, ਕਿ ਜਿਹੜਾ ਸ਼ਸਤਰਾਂ ਨੂੰ ਧਾਰਨ ਨਹੀਂ ਕਰਦਾ ਉਹਦੇ ਕਾਰਜ ਵਿਗੜ ਜਾਂਦੇ ਨੇ। ਇਹ ਵਿਦ ਸਰਬ ਖਾਲਸਾ ਸੁਣੀਏ, ਆਯੁਧ ਧਰਵੇ ਉੱਤਮ ਗੁਣੀਏ। ਸਰਬ ਖਾਲਸਾ ਇਸ ਗੱਲ ਨੂੰ ਧਿਆਨ ਨਾਲ ਸੁਣੇ, ਆਯੁਧ ਕਿਹਾ ਜਾਂਦਾ ਹੈ ਸ਼ਸਤਰਾਂ ਨੂੰ, ਆਯੁਧ ਧਰਵੇ ਉੱਤਮ ਗੁਣੀਏ, ਕਿ ਉੱਤਮ ਗੁਣਾਂ ਦੇ ਬਿਹਤਰੀਨ ਲੇਟੈਸਟ ਹਥਿਆਰ ਤੇਰੇ ਕੋਲ ਹੋਣੇ ਚਾਹੀਦੇ ਨੇ, ਉਹਨਾਂ ਦਾ ਧਾਰਨੀ ਹੋ। ਆਯੁਧ ਧਰਵੇ ਉੱਤਮ ਗੁਣੀਏ, ਜਬ ਹਮਰੇ ਦਰਸ਼ਨ ਕੋ ਆਓ, ਹੋਏ ਸੁਚੇਤ ਤਨ ਸ਼ਸਤਰ ਸਜਾਓ, ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਰੀ। ਇਹ ਬਚਨ ਮੇਰੇ ਕਲਗੀ ਧਰਦੇ ਨੇ ਕਿ ਭਾਈ ਵਧੀਆ ਤੋਂ ਵਧੀਆ ਸ਼ਸਤਰ ਧਾਰਨ ਕਰਨੇ ਨੇ, ਤੇ ਜਦ ਵੀ ਮੇਰੇ ਦਰਸ਼ਨਾਂ ਵਾਸਤੇ ਆਉਣਾ ਹੈ, ਮੈਨੂੰ ਮਿਲਣ ਵਾਸਤੇ ਆਉਣਾ ਹੈ, ਤੇ ਖਾਲੀ ਹੱਥ ਗੁਰੂ ਕਾ ਸਿੱਖ ਨਹੀਂ ਹੋਣਾ ਚਾਹੀਦਾ, ਉੱਤਮ ਵਧੀਆ ਤੋਂ ਵਧੀਆ ਸ਼ਸਤਰ ਤੇਰੇ ਕੋਲ ਹੈ ਨੇ, ਉਹਨਾਂ ਦਾ ਧਾਰਨੀ ਹੋ ਕੇ ਆਪਣੇ ਸਰੀਰ ਤੇ ਸਜਾ, ਕਮਰ ਕੱਸਾ ਕਰਦੇ ਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਰੀ। ਤੇ ਜਿਹੜੇ ਫਿਰ ਸ਼ਸਤਰ ਸਜਾ ਕੇ ਬਾਣੇ ਦੇ ਅੰਦਰ ਆਉਂਦੇ ਨੇ, ਉਹਨਾਂ ਦਾ ਬੁਰਾ ਨਾ ਸੰਗਤ ਜੀ ਮਨਾਇਆ ਕਰੋ, ਕਿਉਂਕਿ ਕਮੀ ਸਾਡੇ ਅੰਦਰ ਹੈ, ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ, ਨਾ ਅਸੀਂ ਪੜ੍ਹਿਆ ਹੈ ਤੇ ਨਾ ਕਿਸੇ ਨੇ ਦੱਸਿਆ। ਤੇ ਅਸੀਂ ਕਹਿ ਦਿੰਦੇ ਜੀ ਇਹ ਦਿਖਾਵਾ ਹੈ, ਕੀ ਲੋੜ ਪਈ ਹੈ, ਇੰਨਾ ਲੋਹਾ ਚੱਕੀ ਫਿਰਦੇ ਨੇ ਭਾਰ ਪਾਇਆ। ਪਰ ਉਹ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜ੍ਹਨ ਵਾਲੇ ਨੇ ਤੇ ਗੁਰੂ ਦੇ ਦੱਸੇ ਰਸਤੇ ਨੂੰ ਮੰਨਣ ਵਾਲੇ ਨੇ, ਜਿਹੜੇ ਸ਼ਸਤਰ ਧਾਰਨ ਕਰਕੇ ਆਪਣੇ ਜੀਵਨ ਦੇ ਵਿੱਚ ਉਹ ਚੱਲ ਰਹੇ ਨੇ। ਤੇ ਅਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵਸਤਰ ਪਹਿਨਦੇ ਹਾਂ ਸੰਗਤ ਜੀ, ਘਰੋਂ ਚੱਲਣ ਲੱਗਿਆ ਨਾ ਕਿਤੇ ਜਾਣਾ ਹੋਵੇ ਤੇ ਵਸਤਰ ਪਹਿਨਣ ਤੋਂ ਪਹਿਲਾਂ ਅਸੀਂ ਇਹ ਸੋਚਦੇ ਹਾਂ ਵੀ ਜਿਹੜਾ ਸੂਟ ਜਾਂ ਜਿਹੜੇ ਕੱਪੜੇ ਮੈਂ ਪਾ ਰਿਹਾ ਇਹ ਲੋਕਾਂ ਨੇ ਦੇਖੇ ਨੇ ਜਾਂ ਨਹੀਂ ਦੇਖੇ। ਜੇ ਦੋ ਚਾਰ ਵਾਰ ਮੇਰੇ ਪਾਏ ਦੇਖੇ ਨੇ ਤੇ ਅੱਜ ਇਹ ਰਹਿਣ ਦਿੰਦਾ, ਕੋਈ ਹੋਰ ਸ਼ਰਟ ਪਾ ਲਵਾਂ, ਕਿਤੇ ਇਹ ਨਾ ਕਹਿਣ ਵੀ ਇਹਦੇ ਕੋਲ ਇੱਕੋ ਹੀ ਕਮੀਜ਼ ਹੈ, ਵਾਰ ਵਾਰ ਉਹੀ ਪਾ ਕੇ ਆ ਜਾਂਦਾ। ਤੇ ਇਹੀ ਗੱਲ ਮੇਰੀਆਂ ਭੈਣਾਂ ਬੀਬੀਆਂ ਦੀ ਵੀ ਹੈ। ਕਹਿਣ ਤੋਂ ਭਾਵ ਅਸੀਂ ਆਪਣੇ ਸ਼ਸਤਰ ਤੇ ਕੀ ਸਜਾਉਣੇ ਨੇ, ਤਨ ਦੇ ਕੱਪੜੇ ਵੀ ਅਸੀਂ ਲੋਕਾਂ ਦੀ ਸੋਚ ਮੁਤਾਬਕ ਪਹਿਨਦੇ ਹਾਂ ਕਿ ਲੋਕ ਕੀ ਕਹਿਣਗੇ,
ਜਾਂ ਮੈਂ ਕਿਸੇ ਪ੍ਰੋਗਰਾਮ ਤੇ ਚਲੇ ਗਿਆ, ਕਿਸੇ ਸਮਾਗਮ ਤੇ ਚਲੇ ਗਿਆ, ਕਿਰਪਾਨ ਉੱਪਰ ਦੀ ਪਾਈ ਦੇਖ ਕਰਕੇ, ਚੋਲਾ ਪਾਇਆ ਦੇਖ ਕਰਕੇ ਕਿਤੇ ਮੇਰਾ ਮਖੌਲ ਨਾ ਬਣ ਜਾਵੇ, ਅੰਦਰੋਂ ਭਾਵਨਾ ਕਰਦੀ ਵੀ ਹੋਵੇ ਫਿਰ ਵੀ ਮਨ ਮਾਰ ਲੈਂਦੇ ਹਾਂ ਜੀ ਲੋਕਾਂ ਨੂੰ ਕੁਛ ਕਰ ਲਈਏ। ਪਰ ਯਾਦ ਰੱਖਿਓ, ਮੇਰੇ ਤੋਂ ਪਹਿਲਾਂ ਗਿਆਨੀ ਜੀ ਕਥਾ ਕਰਕੇ ਗਏ ਨੇ ਕਿ ਇਹ ਦੁਨੀਆਦਾਰੀ ਕੁਟੰਬ ਸੁੱਤ ਮੀਤ ਔਰ ਬਨਤਾ ਇਹ ਕੋਈ ਤੇਰੇ ਕੰਮ ਨਹੀਂ ਆਉਣਾ, ਬਾਂਹ ਜੇ ਫੜਨੀ ਹੈ ਤੇ ਗੁਰੂ ਨੇ ਫੜਨੀ ਹੈ, ਗੁਰੂ ਨੂੰ ਖੁਸ਼ ਕਰ ਲਿਆ ਤੇ ਦੁਨੀਆ ਆਪੇ ਹੀ ਖੁਸ਼ ਹੋ ਜਾਂਦੀ ਹੈ। ਸੋ ਰਹੋ ਵਿਚਾਰ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸ਼ਸਤਰਧਾਰੀ ਹੋ ਕੇ ਜੀਵਨ ਜਿਉਣ ਦਾ ਸਾਨੂੰ ਹੁਕਮ ਕੀਤਾ ਤੇ ਉਸ ਤੋਂ ਅੱਗੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਹੁਕਮ ਕੀਤਾ ਹੈ, ਸ਼ਸਤਰਹੀਨ ਕਬਹੂ ਨਾ ਹੋਈ ਬਿਨ ਸ਼ਸਤਰ ਨਾਰ ਭੇਟ ਜਾਨੋ, ਕਿ ਸ਼ਸਤਰਹੀਣ ਕਦੇ ਵੀ ਨਹੀਂ ਹੋਣਾ ਜੀਵਨ ਦੇ ਅੰਦਰ। ਹੁਣ ਇਹਦਾ ਮਤਲਬ ਇਹ ਨਹੀਂ ਕਿ ਭਾਈ ਲੋਕਾਂ ਨੂੰ ਅਸੀਂ ਐਵੇਂ ਲੱਭ ਕੇ ਮਾਰੀ ਜਾਈਏ, ਸ੍ਰੀ ਸਾਹਿਬ ਪਹਿਨੀ ਹੈ ਜਾਂ ਸ਼ਸਤਰ ਸਜਾਏ ਨੇ ਤੇ ਜਿਹੜਾ ਕੋਲ ਦੀ ਲੰਘਦਾ ਹੈ ਉਹਨੂੰ ਘੰਘੂਰੇ ਮਾਰੀ ਜਾਣੇ ਨੇ ਤੇ ਵਾਰ ਵਾਰ ਐਵੇਂ ਅਸੀਂ ਆਪਣਾ ਦਿਖਾਵਾ ਕਰਨਾ ਹੈ ਜੀ ਮੈਂ ਬਹੁਤ ਗੁਰੂ ਦਾ ਲਾਡਲਾ ਸਿੱਖ ਹਾਂ ਤੇ ਤੁਸੀਂ ਐਵੇਂ ਤੁਰੇ ਫਿਰਦੇ ਹੋ। ਨਹੀਂ ਭਾਈ, ਇਹ ਵੀ ਸਤਿਗੁਰ ਦਾ ਹੁਕਮ ਨਹੀਂ। ਤੇ ਜਿਹੜੇ ਰਾਜੇ ਮਹਾਰਾਜੇ ਪੁਰਾਤਨ ਸਮੇਂ ਦਾ ਇਤਿਹਾਸ ਸੰਗਤ ਜੀ ਪੜ੍ਹ ਲਓ, ਹਮੇਸ਼ਾ ਆਪਣੇ ਕਮਰ ਕੱਸੇ ਦੇ ਸ਼ਸਤਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਛੋਟੇ ਸ਼ਸਤਰ, ਇੱਕ ਦੋ ਸ਼ਸਤਰ ਹਰ ਸੂਰਵੀਰ ਆਪਣੇ ਨਾਲ ਰੱਖਦਾ ਸੀ। ਤਿਆਰ ਪਰ ਤਿਆਰ ਦਾ ਸੰਕਲਪ ਹੀ ਇਹ ਹੈ ਕਿ ਕਦੇ ਵੀ ਅਵੇਸਲੇ ਨਹੀਂ ਹੋਣਾ। ਇਹ ਨਾ ਹੋਵੇ ਕਿ ਕੋਈ ਚੜ੍ਹ ਕੇ ਆ ਜਾਵੇ ਤੇ ਫਿਰ ਅਸੀਂ ਡਾਂਗ ਸੁੱਟਾ ਲੱਭਦੇ ਫਿਰੀਏ ਕਿ ਕਿੱਥੇ ਰੱਖਿਆ ਹੈ, ਕੋਈ ਆ ਕੇ ਹਮਲਾ ਕਰ ਦੇਵੇ ਤੇ ਆਪਣੀ ਆਤਮ ਰੱਖਿਆ ਤੇ ਅਸੀਂ ਕੀ ਕਰਨੀ ਹੈ, ਪਹਿਲਾਂ ਸ਼ਸਤਰ ਲੱਭਣ ਤੁਰ ਪਈਏ। ਸੋ ਜਿਹੜਾ ਤਿਆਰ ਪਰ ਤਿਆਰ ਦਾ ਸਤਿਗੁਰ ਦਾ ਹੁਕਮ ਹੈ ਉਹ ਇਹੀ ਹੈ ਕਿ ਛੋਟੇ ਸ਼ਸਤਰ ਤੇਰੇ ਕਮਰ ਕੱਸੇ ਦੇ, ਤੇਰੇ ਦੁਮਾਲੇ ਦੇ ਸ਼ਸਤਰ ਤੇਰੇ ਕੋਲ ਹਰ ਵੇਲੇ ਰਹਿਣ, ਤੇ ਗਾਤਰੇ ਪਾਈ ਹੋਈ ਕਿਰਪਾਨ ਵੀ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਨੇ ਤੇ ਇਹ ਰਹਿਤ ਦ੍ਰਿੜ ਕਰਾਉਂਦੇ ਨੇ ਕਿ ਭਾਈ ਕਿਸੇ ਵੀ ਸਮੇਂ ਆਪਣੇ ਸ਼ਸਤਰਾਂ ਤੋਂ ਵੱਖ ਨਹੀਂ ਹੋਣਾ। ਉਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਛੂਟ ਦੇ ਦਿੱਤੀ ਜਾਂਦੀ ਹੈ ਨਾ ਸੰਗਤ ਜੀ, ਥੋੜ੍ਹੀ ਢਲਿਆਈ ਦੇ ਦਈਏ ਫਿਰ ਉਹ ਸਾਡੀ ਆਦਤ ਬਣ ਜਾਂਦੀ ਹੈ। ਤੇ ਬਹੁਤੇ ਮੇਰੇ ਵਰਗੇ ਜਿਹੜੇ ਗੁਰਮੁਖ ਨੇ, ਮੈਂ ਆਪਣੀ ਗੱਲ ਵਾਰ ਵਾਰ ਤਾਂ ਕਰਦਾ ਕਿਉਂਕਿ ਅੱਜ ਸਮਾਂ ਬਣ ਗਿਆ, ਜੇ ਕਿਸੇ ਦਾ ਨਾਂ ਲੈ ਦਈਏ ਤਾਂ ਬੜਾ ਵੱਡਾ ਮਸਲਾ ਬਣ ਜਾਂਦਾ ਜੀ, ਇਹ ਵਿਰੋਧਤਾ ਕਰ ਦਿੱਤੀ, ਇਹ ਜੀ ਕਿਸੇ ਦੇ ਉੱਪਰ ਕਟਾਕਸ਼ ਕਰ ਦਿੱਤਾ। ਪਰ ਜਿਹੜੇ ਕਰਦੇ ਨੇ ਆਪ ਭਲੀ ਭਾਤ ਜਾਣਦੇ ਹੋ ਤੇ ਉਹਨਾਂ ਦਾ ਤਾਂ ਮਤਲਬ ਇਹੀ ਹੈ ਜੀ, ਨਹੀਂ ਉਦੋਂ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ, ਇੱਥੋਂ ਤੱਕ ਪਹੁੰਚ ਗਏ ਨੇ ਕਿ ਲਾਹ ਕੇ ਕਿੱਲੀ ਤੇ ਵੀ ਟੰਗ ਦਈਏ ਤੇ ਕੋਈ ਫਰਕ ਨਹੀਂ ਪੈਂਦਾ, ਅੱਜ ਕਿਹੜਾ ਜੰਗਾਂ ਜੁੱਧਾਂ ਦਾ ਸਮਾਂ। ਪਰ ਗੱਲ ਸੰਗਤ ਜੀ ਇੱਥੇ ਇਹ ਹੈ ਕਿ ਅਸੀਂ ਗੁਰੂ ਦੇ ਬਚਨ ਮੰਨਣੇ ਨੇ ਜਾਂ ਅਸੀਂ ਆਪਣੀ ਮਤ ਮੰਨਣੀ। ਜਿਹੜੇ ਗੁਰੂ ਦੇ ਬਚਨ ਨੇ ਕਿ ਭਾਈ ਸ਼ਸਤਰਹੀਨ ਕਬੂ ਨਾ ਹੋਈ, ਸੋ ਛੋਟਾ ਸ਼ਸਤਰ ਰੱਖ ਲਓ ਕੋਲ, ਕੰਮਾਂ ਕਾਰਾਂ ਤੇ ਜਾਂਦੇ ਹਾਂ, ਅਸੀਂ ਵੀ ਕੰਮ ਕਰਦੇ ਹਾਂ, ਦੁਨਿਆਵੀ ਰੂਪ 'ਚ ਵਿਚਰਦੇ ਹਾਂ, ਲੋੜ ਨਹੀਂ ਕਿ ਭਾਈ ਮੈਂ 3 ਫੁੱਟੀ ਸ੍ਰੀ ਸਾਹਿਬ ਵੀ ਜਿਹੜੀ ਹੈ ਉਹ ਕੰਮ ਤੇ ਨਾਲ ਲਿਜਾਣੀ ਹੈ ਤੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਕਮਾ, ਨਹੀਂ ਜੀ ਮੈਨੂੰ ਰੱਖਣ ਦੀ ਇਜਾਜ਼ਤ ਹੈ ਜੇ ਮੈਨੂੰ ਦਿਓ। ਨਹੀਂ ਭਾਈ, ਕਾਨੂੰਨ ਦੀ ਵੀ ਪਾਲਣਾ ਕਰੋ, ਜਿੱਥੇ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਉਹ ਥੱਲੇ ਦੀ ਵੀ ਸ਼ਸਤਰ ਪਾਇਆ ਜਾ ਸਕਦਾ। ਸੋ ਦਾਸ ਨੇ ਬਹੁਤ ਵੱਡੀਆਂ ਕੰਪਨੀਆਂ 'ਚ ਵੀ ਇੱਥੇ ਕੰਮ ਕੀਤਾ ਹੈ, ਇੰਗਲੈਂਡ ਦੀ ਧਰਤੀ 'ਤੇ ਵੀ ਅਸੀਂ ਕੰਮ ਕਰਦੇ ਰਹੇ ਹਾਂ, ਅੱਜ ਤੱਕ ਕਦੇ ਕਿਸੇ ਨੇ ਇਹ ਨਹੀਂ ਰੋਕਿਆ ਕਿ ਭਾਈ ਤੁਸੀਂ ਸ੍ਰੀ ਸਾਹਿਬ ਲਾਓ। ਇਹ ਸਾਡੀ ਕਮਜ਼ੋਰੀ ਹੈ ਕਿ ਜਦੋਂ ਅਸੀਂ ਆਪ ਹੀ ਆਪਣੇ ਆਪ ਦੇ ਕਾਨੂੰਨ ਬਣਾ ਲੈਂਦੇ ਹਾਂ ਕਿ ਕੋਈ ਲੋੜ ਨਹੀਂ। ਹਾਂ, ਇਹ ਵੀ ਜ਼ਰੂਰ ਹੈ ਕਿ ਤੁਸੀਂ ਹੱਥਾਂ ਦੇ ਵਿੱਚ ਵੱਡੇ ਸ਼ਸਤਰ ਲੈ ਕੇ ਕੰਮਾਂ ਕਾਰਾਂ 'ਤੇ ਆਪਾਂ ਨਹੀਂ ਜਾ ਸਕਦੇ, ਉਹਦੇ ਵਾਸਤੇ ਛੋਟੇ ਸ਼ਸਤਰ ਜ਼ਰੂਰ ਆਪਣੇ ਤਨ 'ਤੇ ਸਜਾ ਕੇ ਰੱਖਣੇ ਨੇ ਕਿਉਂਕਿ ਮੇਰੇ ਗੁਰੂ ਦਾ ਇਹ ਹੁਕਮ ਹੈ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਾਂਗ ਸਰੂਹੀ ਸਹਿਜ ਹੀ ਜਹੀ ਹਮਾਰੇ ਪੀਰ, ਕਿ ਇਹ ਸ਼ਸਤਰ ਜਿਹੜੇ ਨੇ ਇਹ ਸਾਡੇ ਪੀਰ ਨੇ,
ਤੇ ਇੱਕ ਚੌਧਰੀ ਦਾ ਜ਼ਿਕਰ ਆਉਂਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਹੈ। ਤੇ ਚੌਧਰੀ ਜਿਹੜੇ ਪੁਰਾਤਨ ਸਮੇਂ 'ਚ ਹੋਇਆ ਕਰਦੇ ਸਨ, ਸੰਗਤ ਜੀ ਵੱਡੀਆਂ ਵੱਡੀਆਂ ਚਾਦਰਾਂ ਤੇ ਤੰਬੇ ਉਹਨਾਂ ਨੂੰ ਕਿਹਾ ਜਾਂਦਾ ਬੰਨਿਆ ਕਰਦੇ ਸਨ। ਤੇ ਚੌਧਰੀ ਚੱਲਿਆ ਆ ਰਿਹਾ ਮੇਰੇ ਸਤਿਗੁਰੂ ਤਖ਼ਤ ਤੇ ਬਿਰਾਜਮਾਨ ਨੇ, ਤੇ ਜਦੋਂ ਤੁਰਿਆ ਆ ਰਿਹਾ ਤੇ ਉਹਦੀ ਚਾਦਰ ਦੇ ਨਾਲ ਮਿੱਟੀ ਉੱਡਦੀ ਆ ਰਹੀ ਹੈ। ਗੁਰੂ ਕੇ ਪਿਆਰੇ ਸਿੱਖ ਨੇ ਬੇਨਤੀ ਕੀਤੀ ਹੈ, ਚੌਧਰੀ ਆਪਣੀ ਚਾਦਰ ਸੰਭਾਲ, ਗੁਰੂ ਕੇ ਸ਼ਸਤਰ ਗੰਦੇ ਹੋ ਰਹੇ ਨੇ। ਤੇ ਉਹ ਚੌਧਰੀ ਨੇ ਥੋੜਾ ਬੁਰਾ ਮਨਾਇਆ ਵੀ ਮੈਂ ਇਲਾਕੇ ਦਾ ਚੌਧਰੀ ਹੋਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮੇਰਾ ਪ੍ਰੇਮ ਹੋਵੇ, ਤੇ ਇਹ ਸਿੱਖ ਮੈਨੂੰ ਦੁੱਕੇ ਮਾਰੀ ਜਾਂਦਾ ਵੀ ਭਾਈ ਚਾਦਰ ਸੰਭਾਲ, ਸ਼ਸਤਰਾਂ ਦੀ ਮਿੱਟੀ ਪੈ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ, ਪਰ ਉਹ ਅੰਦਰ ਜਿਹੜੀ ਚਿਣਕ ਫੁੱਟ ਤੁਰੀ ਸੀ ਜਾਂ ਅੰਦਰ ਜਿਹੜਾ ਤਰਕ ਜਾਗ ਪਿਆ ਸੀ, ਉਹ ਬੈਠਣ ਕਿੱਥੇ ਦੇਵੇ। ਸਤਿਗੁਰ ਸੱਚੇ ਪਾਤਸ਼ਾਹ ਨੇ ਪੁੱਛਿਆ, ਹਾਂ ਬਈ ਚੌਧਰੀ ਆਇਆ ਜੀ, ਆਇਆ ਉਹਨੂੰ ਦੱਸੋ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਵਾਲ ਜਵਾਬ ਤਾਂ ਕੀ ਕਰਨੇ ਸਨ, ਪਹਿਲਾਂ ਹੀ ਇਹ ਗੱਲ ਕੱਢ ਮਾਰੀ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖਾਂ ਨੇ ਮੈਨੂੰ ਦਬਕਾ ਮਾਰਿਆ, ਇੱਕ ਪਲੰਘੇ ਦੇ ਤੁਸੀਂ ਬੈਠੇ ਹੋ, ਨਾਲ ਦੇ ਪਲੰਘੇ ਤੇ ਸ਼ਸਤਰ ਸਜਾਏ ਹੋਏ ਨੇ, ਤੁਹਾਡੇ ਸਿਰ ਤੇ ਚਦੂਆ ਲੱਗਾ ਹੈ, ਚਦੂਆ ਸ਼ਸਤਰਾਂ ਤੇ ਵੀ ਲਾਇਆ ਹੋਇਆ ਹੈ, ਚੌਰ ਤੁਹਾਨੂੰ ਹੋ ਰਹੀ ਹੈ, ਤੁਸੀਂ ਸ਼ਸਤਰਾਂ ਨੂੰ ਵੀ ਚੌਰ ਕਰਾ ਰਹੇ ਹੋ, ਤੁਹਾਡੇ 'ਚ ਤੇ ਦੋਹੇ 'ਚ ਫਰਕ ਹੀ ਕੋਈ ਨਹੀਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਚੌਧਰੀ ਸਾਨੂੰ ਕਿਉਂ ਮੱਥਾ ਟੇਕਿਆ ਹੈ, ਜਾਂ ਸਾਡੇ ਸਿਰ ਤੇ ਚਦੂਆ ਤੇ ਚੌਰ ਕਿਉਂ ਝੁੱਲ ਰਹੇ ਨੇ। ਤੇ ਚੌਧਰੀ ਨੇ ਜਵਾਬ ਦਿੱਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਡੇ ਗੁਰੂ ਹੋ, ਤੁਸੀਂ ਤੁਹਾਡੀ ਤਾਕਤ ਹੋ, ਸਾਡਾ ਬਲ ਹੋ, ਸਾਨੂੰ ਮਾਰਗ ਦੇ ਰਹੇ ਹੋ, ਜ਼ੁਲਮ ਤੇ ਜ਼ਾਲਮ ਨੂੰ ਖਤਮ ਕਰਨ ਵਾਸਤੇ ਆਪ ਦੀ ਸਾਡੀ ਸਹਾਇਤਾ ਕਰਦੇ ਹੋ, ਸਾਨੂੰ ਜੀਵਨ ਜਿਉਣ ਦਾ ਢੰਗ ਦੱਸਦੇ ਹੋ, ਸਾਡੀ ਆਣ ਤੇ ਸ਼ਾਨ ਨੂੰ ਬਚਾਉਣ ਵਾਸਤੇ ਆਪ ਜੀ ਨੇ ਅੱਗੇ ਲੱਗ ਕੇ ਸਾਡੀ ਅਗਵਾਈ ਕੀਤੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਚੌਧਰੀ ਧਿਆਨ ਮਾਰ, ਜੇ ਜ਼ਾਲਮ ਦਾ ਟਾਕਰਾ ਕੀਤਾ ਹੈ ਤੇ ਅਸੀਂ ਕਾਹਦੇ ਨਾਲ ਕੀਤਾ ਹੈ, ਸ਼ਸਤਰਾਂ ਨਾਲ ਕੀਤਾ ਹੈ ਨਾ। ਜੇ ਕਿਸੇ ਚੜ੍ਹ ਕੇ ਆਏ ਨੂੰ ਜਵਾਬ ਦਿੱਤਾ ਹੈ ਤੇ ਉਹ ਕਾਹਦੇ ਨਾਲ ਦਿੱਤਾ ਗਿਆ ਹੈ, ਸ਼ਸਤਰ ਦੇ ਨਾਲ ਹੀ ਦਿੱਤਾ ਗਿਆ ਹੈ। ਤੇ ਜਿਵੇਂ ਅਸੀਂ ਤੁਹਾਡੇ ਗੁਰੂ ਹਾਂ, ਅਸੀਂ ਤੁਹਾਡੀ ਤਾਕਤ ਹਾਂ, ਜ਼ੁਲਮ ਤੇ ਜ਼ਾਲਮ ਨੂੰ ਖਤਮ ਕਰਨ ਵਾਸਤੇ ਸ਼ਸਤਰ ਸਾਡੇ ਪੀਰ ਨੇ, ਸ਼ਸਤਰ ਸਾਡੀ ਤਾਕਤ ਨੇ। ਇਸੇ ਕਰਕੇ ਜੇ ਤੁਸੀਂ ਸਾਨੂੰ ਮੱਥਾ ਟੇਕਦੇ ਹੋ, ਸਾਡੇ ਤੇ ਸ਼ਸਤਰ ਝੁਲਦਾ ਹੈ, ਸਾਨੂੰ ਚੌਰ ਹੋ ਰਿਹਾ ਹੈ, ਤੇ ਇਹ ਸ਼ਸਤਰ ਸਾਡੇ ਪੀਰ ਨੇ, ਅਸੀਂ ਇਹਨਾਂ ਦਾ ਸਤਿਕਾਰ ਵਜੋਂ ਇਹਨਾਂ ਦੇ ਉੱਪਰ ਚੌਰ ਕਰਵਾ ਰਹੇ ਹਾਂ, ਤੇ ਆਪਣੇ ਬਰਾਬਰ ਇਹਨਾਂ ਦਾ ਪਲੰਘਾ ਉਹ ਲੱਗਾ ਹੋਇਆ। ਸੋ ਕਹਿਣ ਤੋਂ ਭਾਵ, ਸੰਗਤ ਜੀ, ਅੱਜ ਦਾ ਜਿਹੜਾ ਗੁੰਮਰਾਹ ਕੁੰਨ ਪ੍ਰਚਾਰ ਕੀਤਾ ਜਾਂਦਾ ਹੈ ਨਾ ਕਿ ਗੁਰੂ ਘਰ ਦੇ ਅੰਦਰ ਸ਼ਸਤਰਾਂ ਦੀ ਲੋੜ ਨਹੀਂ, ਜਾਂ ਕੀ ਲੋੜ ਹੈ, ਮਹਾਰਾਜ ਦੀ ਪਾਲਕੀ ਦੇ ਅੱਗੇ ਅਸੀਂ ਕਿਰਪਾਨਾ ਭਾਲੇ ਰੱਖ ਦਿੰਦੇ ਹਾਂ। ਸੋ ਗੁਰਮੁਖ ਪਿਆਰਿਓ, ਇਹ ਕੋਈ ਨਵੀਂ ਮਰਿਆਦਾ ਨਹੀਂ, ਤੇ ਜਿਹੜੇ ਥੋੜੇ ਕਮਜ਼ੋਰ ਦਿਲ ਦੇ ਨੇ, ਗੁਰੂ ਕਲਗੀਧਰ ਪਿਤਾ ਜੀ ਦੀ ਯੁੱਧਮਈ ਬਾਣੀ ਨੂੰ ਪਚਾ ਨਹੀਂ ਸਕਦੇ, ਤੇ ਜਾਂ ਲੜਨ ਮਰਨ ਤੋਂ ਥੋੜਾ ਡਰ ਵੀ ਲੱਗਦਾ ਹੈ, ਭਾਈ ਬੱਚੇ ਪਾਲਣੇ ਨੇ, ਕੀ ਲੋੜ ਪਈ ਹੈ, ਫਿਰ ਉਹ ਇਹ ਬਹਾਨੇ ਘੜਦੇ ਨੇ ਕਿ ਭਾਈ ਜੇ ਸਾਹਮਣੇ ਰੱਖਾਂਗੇ ਤੇ ਬੱਚੇ ਸਵਾਲ ਪੁੱਛਦੇ ਨੇ ਕਿ ਡੈਡੀ ਜੀ ਮੰਮੀ ਜੀ ਇਹ ਕੀ ਹੈ, ਤੇ ਡੈਡੀ ਮੰਮੀ ਤਦੇ ਦੱਸੇ ਨਾ ਜੇ ਆਪ ਨੂੰ ਪਤਾ ਹੋਵੇ। ਤੇ ਫਿਰ ਅਸੀਂ ਕਹਿੰਦੇ ਹਾਂ ਜੀ ਗੁਰੂ ਸਾਹਿਬ ਜੀ ਦੇ ਸ਼ਸਤਰ ਨੇ, ਫਿਰ ਬੱਚਾ ਸਵਾਲ ਕਰਦਾ ਜੀ ਕਾਹਦੇ ਵਾਸਤੇ, ਗੁਰੂ ਸਾਹਿਬ ਦਾ ਹੁਕਮ ਹੈ ਭਾਈ ਸ਼ਸਤਰ ਧਾਰੀ ਹੋਵੋ, ਤੇ ਫਿਰ ਨਾਲ ਹੀ ਸਵਾਲ ਸਾਡੇ ਤੇ ਖੜਾ ਹੋ ਜਾਂਦਾ, ਫਿਰ ਡੈਡੀ ਜੀ ਤੁਸੀਂ ਨਹੀਂ ਪਾਏ, ਫਿਰ ਕੀ ਜਵਾਬ ਦੇਈਏ ਵੀ ਅਸੀਂ ਗੁਰੂ ਦੇ ਬਚਨ ਨੂੰ ਮੰਨਿਆ ਨਹੀਂ, ਤੇ ਫਿਰ ਗੱਲ ਕਿੱਥੇ ਮੁੱਕਦੀ ਹੈ ਵੀ ਇਹ ਕੰਮ ਹੀ ਖਤਮ ਕਰ ਦਿੱਤਾ ਜਾਵੇ। ਜਿਹਨੂੰ ਵੇਖ ਕੇ ਬੱਚੇ ਸਾਨੂੰ ਸਵਾਲ ਕਰਦੇ ਨੇ, ਅਸੀਂ ਉਹੀ ਕੰਮ ਨਿਬੇੜ ਦਈਏ, ਗੁਰੂ ਘਰਾਂ ਨੂੰ ਬੇਨਤੀ ਕਰ ਦਈਏ, ਇੱਕ ਕਮੇਟੀ ਵਾਲਿਆਂ ਨੂੰ ਕਹਿ ਦਈਏ ਕਿ ਭਾਈ ਸ਼ਸਤਰ ਨਾ ਸਜਾਇਆ ਕਰੋ, ਫੁੱਲਾਂ ਦੀ ਮਾਲਾ ਹੀ ਠੀਕ ਹੈ, ਕਿਰਪਾਨਾ ਭਾਲੇ ਅੱਗੇ ਪਏ ਹੋਣਗੇ ਤੇ ਬੱਚੇ ਪੁੱਛਣਗੇ, ਫਿਰ ਅਸੀਂ ਜਵਾਬ ਕੀ ਦਿਆਂਗੇ।
ਸੋ ਗੁਰਮੁਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਲੜਾਈ ਕਰਨ ਵਾਸਤੇ, ਕਿਸੇ ਨੂੰ ਡਰਾਉਣ ਵਾਸਤੇ, ਕਿਸੇ ਦੇ ਉੱਪਰ ਰੋਹਬ ਦਾਵ ਮਾਰਨ ਵਾਸਤੇ ਨਹੀਂ, ਯੁੱਧ ਨੂੰ ਟਾਲਣ ਵਾਸਤੇ, ਆਤਮ ਰੱਖਿਆ ਵਾਸਤੇ ਤੇ ਵੈਰੀ ਨੂੰ ਇਹ ਸੰਕੇਤ ਦੇਣ ਵਾਸਤੇ ਮੇਰੇ ਸਤਿਗੁਰ ਨੇ ਸ਼ਸਤਰ ਬਖਸ਼ੇ ਨੇ ਕਿ ਭਾਈ ਇਹ ਸ਼ਸਤਰ ਦੇਖ ਕਰਕੇ ਜ਼ਾਲਮ ਨੂੰ ਪਤਾ ਲੱਗ ਜਾਵੇ, ਤੇਰੇ ਵੱਲ ਅੱਖ ਚੁੱਕ ਕੇ ਦੇਖਣ ਤੋਂ ਪਹਿਲਾਂ ਉਹ 100 ਵਾਰ ਸੋਚੇ ਕਿ ਇਹ ਮੈਨੂੰ ਮੂਹਰਿਓਂ ਜਵਾਬ ਉਹ ਦੇ ਸਕਦੇ ਨੇ। ਸੋ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਸ਼ਸਤਰ ਨਾਮ ਮਾਲਾ, ਸ਼ਸਤਰਾਂ ਦੀ ਮਾਲਾ ਪਰੋ ਕੇ ਸਾਨੂੰ ਦਿੱਤੀ ਹੈ, ਅੱਜ ਵੀ ਗੁਰੂ ਕੇ ਪਿਆਰੇ ਸਿੱਖ ਨਿਹੰਗ ਸਿੰਘ ਸੰਪਰਦਾਵਾਂ, ਬੁੱਢਾ ਦਲ ਦੇ ਗੁਟਕੇ ਸਾਹਿਬਾਨ ਆਪ ਜੀ ਲੈ ਲਓ, ਨਿਤਨੇ ਬਾਣੀਆਂ ਦੇ ਦਮਦਮੀ ਟਕਸਾਲ ਦੀ ਗੱਲ ਕਰ ਲਈਏ, ਸੋ ਆਪ ਜੀ ਨੂੰ ਸ਼ਸਤਰ ਨਾਮ ਮਾਲਾ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਹੀ ਮਿਲ ਜਾਵੇਗਾ। ਅਤੇ ਅੱਜ ਵੀ ਗੁਰੂ ਕੇ ਪਿਆਰੇ ਗੁਰੂ ਦੇ ਬਚਨਾਂ ਦੇ ਪਹਿਰਾ ਦੇਣ ਵਾਲੇ ਗੁਰਸਿੱਖ ਇਸ ਬਾਣੀ ਦਾ ਜਾਪ ਕਰਦੇ ਨੇ ਅਤੇ ਗੁਰੂ ਕੇ ਕੀਰਤਨੀਏ ਵਿਰਲੇ ਵਿਰਲੇ ਹਨ ਜਿਹੜੇ ਪਹਿਲੇ ਇੱਕ ਦੋ ਦੋਹਰਿਆਂ ਦਾ ਕੀਰਤਨ ਵੀ ਸੰਗਤਾਂ ਨੂੰ ਸਟੇਜਾਂ ਤੋਂ ਉਹ ਸਰਵਣ ਕਰਾਉਂਦੇ ਨੇ। ਸੋ ਸਤਿਗੁਰੂ ਕਿਰਪਾ ਕਰਨ ਕਿ ਸਾਡੇ ਉੱਪਰ ਆਪਣੀ ਬਖਸ਼ਿਸ਼, ਆਪਣੀ ਰਹਿਮਤ ਕਰਨ, ਗੁਰੂ ਕੇ ਖਜ਼ਾਨੇ ਨੂੰ ਖੋਲ੍ਹ ਕੇ ਸਮਝ ਸਕੀਏ ਅਤੇ ਗੁਰੂ ਨੇ ਸਿਧਾਂਤ ਕੀ ਦਿੱਤੇ ਨੇ ਅਤੇ ਕਿਉਂ ਦਿੱਤੇ ਨੇ। ਜਦੋਂ ਸਾਡੀ ਸਮਝ ਦੇ ਵਿੱਚ ਸੰਗਤ ਜੀ ਇਹ ਗੱਲ ਪੈ ਜਾਵੇਗੀ ਅਤੇ ਫਿਰ ਜਿੰਨਾ ਬੇਲੋੜਾ ਕਿੰਤੂ ਪਰੰਤੂ ਹੁੰਦਾ ਉਹ ਸਭ ਖਤਮ ਹੋ ਜਾਵੇਗਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੇ ਹੋਏ ਇਹ ਸ਼ਸਤਰ ਫਿਰ ਸਿੱਖ ਨੂੰ ਆਪਣੀ ਜਾਨ ਤੋਂ ਵੀ ਪਿਆਰੇ ਨੇ, ਕਿਉਂਕਿ ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ, ਗੁਰੂ ਦੀ ਤਾਕਤ, ਗੁਰੂ ਦਾ ਬਲ ਇਹਨਾਂ ਸ਼ਸਤਰਾਂ ਦੇ ਰੂਪ ਦੇ ਵਿੱਚ ਸਿੱਖ ਦੇ ਨਾਲ ਸਹਾਈ ਹੁੰਦਾ ਹੈ ਅਤੇ ਦੁਸ਼ਟਾਂ ਨੂੰ ਸੋਧਣ ਦੇ ਵਿੱਚ ਸਾਡੇ ਵਾਸਤੇ ਸਹਾਇਤਾ ਕਰਦਾ। ਸੋ ਮੇਰੇ ਸਤਿਗੁਰੂ ਕਿਰਪਾ ਕਰਨ ਅੱਜ ਦੇ ਇਸ ਦੀਵਾਨ ਦੇ ਅੰਦਰ ਭਾਈ ਹਰਮਿੰਦਰ ਸਿੰਘ ਮਿੰਟੂ ਜਿਹਨਾਂ ਦੀ ਸ਼ਹੀਦੀ, ਸ਼ਹੀਦੀ ਸ਼ਬਦ ਮੈਂ ਇਸ ਕਰਕੇ ਵਰਤਿਆ ਸੰਗਤ ਜੀ, ਸ਼ਹੀਦ ਅਤੇ ਸ਼ਹੀਦੀ, ਸ਼ਹੀਦ ਕਿਹਾ ਜਾਂਦਾ ਹੈ ਗਵਾਹ ਨੂੰ, ਸ਼ਹੀਦੀ ਹੁੰਦੀ ਹੈ ਗਵਾਹੀ, ਅਤੇ ਗਵਾਹੀ ਕਿਸੇ ਦੇ ਹੱਕ ਦੇ ਵਿੱਚ ਦਿੱਤੀ ਜਾਂਦੀ ਹੈ ਅਤੇ ਜਿਹੜੇ ਸ਼ਹੀਦ ਹੁੰਦੇ ਨੇ ਉਹ ਆਪਣੀ ਸ਼ਹਾਦਤ ਰੂਪੀ ਗਵਾਹੀ ਗੁਰੂ ਦੇ ਹੱਕ ਦੇ ਵਿੱਚ ਦਿੰਦੇ ਨੇ ਤਾਂ ਜੋ ਧਰਮ ਦਾ ਝੰਡਾ ਬੁਲੰਦ ਰਹੇ। ਸੋ ਉਹਨਾਂ ਨੇ ਵੀ ਆਪਣਾ ਸਰੀਰ ਕੁਰਬਾਨ ਕਰਕੇ ਗੁਰੂ ਦੇ ਸਿਧਾਂਤਾਂ ਦੇ ਪਹਿਰਾ ਦਿੰਦਿਆਂ ਕੁਰਬਾਨੀ ਕੀਤੀ ਹੈ। ਵਿਛਾ ਲੰਮਾ ਹੈ ਕਿ ਉਹ ਕੁਦਰਤੀ ਤੌਰ 'ਤੇ ਉਹਨਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਮਾਂ ਜਿਹੜਾ ਹੈ ਉਹ ਸੰਪੂਰਨ ਕੀਤਾ ਹੈ ਜਾਂ ਉਹਨਾਂ ਨੂੰ ਸਰਕਾਰਾਂ ਦੁਆਰਾ ਢੰਗ ਤਰੀਕੇ ਵਰਤ ਕੇ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਢਾਡੀ ਜਥਾ ਭਾਈ ਸੁਖਪ੍ਰੀਤ ਸਿੰਘ ਜੀ ਪਹੁੰਚ ਚੁੱਕੇ ਨੇ, ਦਾਸ ਨੂੰ ਹੁਕਮ ਹੋਇਆ ਸੀ ਕਿ ਉਹਨਾਂ ਦੇ ਆਉਣ ਤੱਕ ਹਾਜ਼ਰੀ ਭਰਨੀ ਹੈ। ਸੋ ਮੈਂ ਆਪਣੀ ਫਤਿਹ ਬੁਲਾ ਜਾਵਾਂ ਅਤੇ ਇੱਕ ਆਖਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ 'ਚ ਰੱਖਣਾ ਚਾਹੁੰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦਾ ਕਿ ਜਨਮ ਦਿਹਾੜਾ 2 ਜੂਨ, 2 ਜੂਨ ਦੇ ਦਿਨ ਵਾਲੇ ਦਿਨ ਆਉਂਦਾ ਹੈ, ਜਿਹਦੇ ਕਿ ਸਬੂਤ ਵੀ ਨੇ, ਸਰਟੀਫਿਕੇਟ ਵੀ ਨੇ, ਪਰ ਗੁਰਮਤ ਅਨੁਸਾਰ ਗੁਰਸਿੱਖਾਂ ਦੇ ਜਨਮ ਦਿਹਾੜੇ, ਚੜ੍ਹਦੀ ਕਲਾ ਦੇ ਮਹਾਂਪੁਰਖਾਂ ਦੇ ਦਿਨ ਮਨਾਉਣੇ ਸਾਡੇ ਵਾਸਤੇ ਫਰਜ਼ ਵੀ ਨੇ ਅਤੇ ਸਾਡਾ ਧਰਮ ਵੀ ਹੈ। ਆਵਾਜ਼ੇ ਕੌਮ ਟੀਵੀ ਵੱਲੋਂ ਭਾਈ ਰਘਵੀਰ ਸਿੰਘ ਜੀ ਆਏ ਬੈਠੇ ਨੇ। ਸੋ 31 ਮਈ ਨੂੰ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਨੇ ਅਤੇ 2 ਜੂਨ ਨੂੰ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾਣਾ ਹੈ, ਉਹਦੇ ਵਾਸਤੇ ਅਖੰਡ ਪਾਠ ਸਾਹਿਬ ਜੀ ਦੇ ਜਿਹੜੇ ਲਾਈਵ ਆਵਾਜ਼ੇ ਕੌਮ ਦੇ 3 ਦਿਨ ਇਹਨਾਂ ਨੇ ਕਰਨੇ ਨੇ ਭਾਈ। ਸੋ ਜੇਕਰ ਇਹਨਾਂ ਦਾ ਸਹਿਯੋਗ ਕਰਨਾ ਹੋਵੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਸੋ ਇਹ ਇੱਥੇ ਹਾਜ਼ਰ ਨੇ ਅਤੇ ਇਸ ਦੇ ਨਾਲ ਹੀ ਦਮਦਮੀ ਟਕਸਾਲ ਵੱਲੋਂ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਪਿੰਡ ਰੋਡੇ ਵਿਖੇ ਮਨਾਇਆ ਜਾ ਰਿਹਾ ਹੈ, ਉੱਥੇ ਜੂਨ ਦੇ ਮਹੀਨੇ ਦੇ ਅੰਦਰ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਜੂਨ 84 ਦਾ ਜਿਹੜਾ ਸਾਕਾ ਹੈ ਉਸ ਨੂੰ ਵੀ ਚੌਂਕ ਮਹਿਤਾ ਦਮਦਮੀ ਟਕਸਾਲ ਵੱਲੋਂ 6 ਜੂਨ ਨੂੰ
ਉਹ ਮਨਾਇਆ ਜਾ ਰਿਹਾ ਹੈ। ਸੋ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਸਤਸਾਲ ਉਹਨਾਂ ਵੱਲੋਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਜਿੱਥੇ ਜਿੱਥੇ ਵੀ ਸੰਗਤਾਂ ਹਨ ਜਾਂ ਜੇਕਰ ਕਿਸੇ ਮਾਈ ਭਾਈ ਨੇ ਜਾਣਾ ਹੋਵੇ ਇਹਨਾਂ ਸਮਾਗਮਾਂ 'ਚ ਹਾਜ਼ਰੀ ਭਰੋ ਅਤੇ ਆਪ ਆਵਾਜ਼ ਕੌਮ ਟੀ ਵੀ ਦੇ ਰਾਹੀਂ ਇਹਨਾਂ ਪ੍ਰੋਗਰਾਮਾਂ ਨੂੰ ਸਰਵਣ ਵੀ ਕਰੋ ਅਤੇ ਜੇਕਰ ਕੋਈ ਸੇਵਾ ਕਰਨੀ ਚਾਹੁੰਦੇ ਹੋ ਤਾਂ ਭਾਈ ਰਘਵੀਰ ਸਿੰਘ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਅਰਦਾਸਾਂ ਬੇਨਤੀਆਂ ਲਿਖਾ ਸਕਦੇ ਹੋ। ਇੱਥੋਂ ਦੇ ਪ੍ਰਬੰਧ ਦਾ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਭਾਈ ਇੰਨਾ ਸਮਾਂ ਬਹਿ ਕੇ ਮੈਨੂੰ ਬਰਦਾਸ਼ਤ ਕੀਤਾ ਹੈ ਅਤੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ ਆਪਣੀ ਬਾਣੀ ਅਤੇ ਆਪਣੀ ਬਾਣੀ ਦੇ ਧਾਰਨੀ ਕਰਾ ਕਰਕੇ ਆਪਣੇ ਧੀਆਂ ਪੁੱਤਰ ਹੋਣ ਦਾ ਮਾਣ ਸਾਨੂੰ ਬਖਸ਼ਣ ਜੀ। ਇੱਕ ਨਹੀਂ ਅਨੇਕਾਂ ਮੇਰੇ ਤੋਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਸੰਗਤ ਅਤੇ ਮੇਰੇ ਗੁਰੂ ਸਾਹਿਬਾਨ ਬਖਸ਼ ਦੇਣ ਜੀ। ਇੱਥੇ ਹੀ ਫਤਿਹ ਬੁਲਾਵਾਂ, ਆਉਣ ਵਾਲੇ ਸਮੇਂ 'ਚ ਜੇਕਰ ਸਤਿਗੁਰੂ ਕਿਰਪਾ ਕਰਨ ਆਪ ਸੰਗਤ ਦੇ ਜੋੜੇ ਝਾਲਣ ਦਾ ਸਮਾਂ ਮਿਲਿਆ ਤਾਂ ਜ਼ਰੂਰ ਦਰਸ਼ਨ ਕਰਨ ਦਾ ਯਤਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਘੇਲ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਦਸਵੇਂ ਗ੍ਰੰਥ ਵਿੱਚੋਂ ਸ਼ਸਤਰ ਨਾਮ ਵਾਲਾ ਦਾ ਆਪਾਂ ਨੂੰ ਸ਼ਸਤਰਾਂ ਬਾਰੇ ਵਿਚਾਰਾਂ ਦਿੱਤੀਆਂ, ਜਾਣਕਾਰੀ ਦਿੱਤੀ ਹੈ। ਸੋ ਅਸੀਂ ਇਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਵੱਲੋਂ ਸੰਗਤਾਂ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਸੋ ਗੁਰੂ ਤੇਗ ਸਾਹਿਬ ਸਿੰਘ ਜੀ ਹੁਣ ਆਪਣੇ ਪਾਸ ਆਪਣੇ ਜੋ ਵੱਡੀ ਪੇਸ਼ਾਂ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਸਭਰਾਂ ਵਾਲੇ ਢਾਡੀ ਜੱਥਾ ਉਹ ਆ ਗਏ ਹਨ। ਸੋ ਇਹ ਆਪਾਂ ਨੂੰ 10 ਮਿੰਟ ਪਹਿਲਾਂ ਤੱਕ ਇਹ ਆਪਾਂ ਨੂੰ ਢਾਡੀ ਵਾਲਾਂ ਸੁਣਾਉਣਗੇ ਕਿਉਂਕਿ 1 ਵਜੇ ਸ੍ਰੀ ਸੁਖਨੇ ਦੇ ਪਾਠ ਆਰੰਭ ਹੋਣੇ ਹਨ। 10:30 ਤੱਕ ਇਹ ਆਪਾਂ ਨੂੰ ਢਾਡੀ ਵਾਲਾ ਨਿਹਾਲ ਕਰਨਗੇ। ਸੋ ਮੈਂ ਬੇਨਤੀ ਕਰਦਾ ਹਾਂ ਕਿ ਹੁਣ ਇਹ ਸ਼ੁਰੂ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵ ਮੇਰੇ ਕੋਲ ਸੇਵ ਨਹੀਂ ਲੋੜੀ, ਠੀਕ ਹੈ।